ਸੱਚ ਇਵੇਂ ਕਿ ਜਿੰਨੀ ਭਗਤ ਕਬੀਰ ਸਾਹਿਬ ਨੇ ਬ੍ਰਾਹਮਣਵਾਦ ਦੀ ਕਰਮਾਂ 'ਤੇ ਚੋਟ ਮਾਰੀ ਹੈ, ਸ਼ਾਇਦ ਕਿਸੇ ਹੋਰ ਨੇ ਮਾਰੀ ਹੋਵੇ। ਦੂਸਰੀ ਗੱਲ, ਇਕੱਲਾ ਬ੍ਰਾਹਮਣ ਹੀ ਨਹੀਂ, ਉਹਨਾਂ ਦੇ ਸਾਹਮਣੇ ਇਸਲਾਮ ਦਾ ਜੇ ਪਖੰਡ ਆਇਆ ਤਾਂ ਮੈਂ ਸੋਚਣਾ ਇਸਲਾਮੀ ਰਾਜ ਵਿੱਚ ਇੰਨੇ ਬੇਬਾਕ ਹੋ ਕੇ ਗੱਲ ਕਰ ਜਾਣੀ ਕਿ ਤੁਸੀਂ ਸਾਲ ਵਿੱਚ ਇੱਕ ਮਹੀਨਾ ਰਮਜ਼ਾਨ ਦਾ ਰੋਜ਼ੇ ਰੱਖਦੇ ਹੋ ਅਤੇ 11 ਮਹੀਨੇ ਖੁਦਾ ਕਿੱਥੇ ਗਿਆ ਹੁੰਦਾ ਹੈ। ਇਹ ਬੜੀ ਮੁਸ਼ਕਲ ਜੀ ਗੱਲ ਕਹਿਣੀ, ਇਹ ਸ਼ਬਦ ਕਹਿ ਦੇਣਾ ਜੇ ਰੱਬ ਇੱਕ ਮੱਕੇ ਵਿੱਚ ਵੱਸਦਾ ਹੈ ਅਤੇ ਬਾਕੀ ਸੰਸਾਰ ਦੀ ਪਰਵਰਿਸ਼ ਕੌਣ ਕਰ ਰਿਹਾ ਹੈ, ਅਤੇ ਜੇ ਦੱਖਣ ਵਿੱਚ ਜਗਨਨਾਥ ਦੀ ਮੂਰਤੀ ਵਿੱਚ ਹੀ ਕੇਵਲ ਭਗਵਾਨ ਹੈ ਅਤੇ ਬਾਕੀਆਂ ਨੂੰ ਕੌਣ ਸਾਂਭ ਰਿਹਾ। ਮੈਂ ਤੁਹਾਨੂੰ ਬੇਨਤੀ ਕਰਾਂ, ਉਸ ਦਿਨ ਕਿਹਾ ਸੀ ਜਿੰਨੇ ਆਪ ਜੀ ਸ਼ਹੀਦਾਂ ਨਾਲ ਸੰਬੰਧਿਤ ਸੂਰਮਿਆਂ ਨਾਲ ਸੰਬੰਧਿਤ ਸ਼ਬਦ ਪੜ੍ਹਦੇ ਹੋ, ਸਭ ਤੋਂ ਜ਼ਿਆਦਾ ਸ਼ਬਦ ਭਗਤ ਕਬੀਰ ਜੀ ਦੇ ਨੇ ਜਿੰਨੇ ਆਪਾਂ ਪੜ੍ਹਨੇ। ਸੂਰਾ ਸੋ ਪਹਿਚਾਨੀਐ ਗਗਨ ਦਮਾਮਾ ਬਾਜਿਓ, ਕਬੀਰ ਐਸੀ ਹੋਏ ਭਰੀ ਮੋਏ ਮਰਨੇ ਕਾ ਚਾਓ ਹੈ। ਦੇਖੋ ਕਿੰਨੇ ਸ਼ਬਦ ਨੇ ਉਹਨਾਂ ਦੇ, ਮਰਤਾ ਮਰਤਾ ਜਗ ਮੁਆ, ਕਿਉਂਕਿ ਉਸ ਕ੍ਰਾਂਤੀਕਾਰੀ ਭਗਤ ਜੀ ਨੇ, ਮੈਂ ਕਹਿੰਦਾ ਇੰਨਾ ਸੱਚ ਦਾ ਪੁਤਲਾ ਜੋ ਸਾਹਮਣੇ ਆਇਆ ਉਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ। ਪਰ ਉਹਨਾਂ ਦਾ ਸੱਚ ਫੋਕੀ ਫਿਲੋਸਫੀ ਨਹੀਂ ਸੀ, ਨਾਮ ਤੋਂ ਵਿਖਾਉਣਾ ਨਹੀਂ ਸੀ, ਉਹ ਅੰਦਰੋਂ ਨਾਮ 'ਚ ਇੰਨੇ ਕੁ ਭਿੱਜੇ ਨੇ ਕਿ ਇੱਥੋਂ ਤੱਕ ਉਹ ਬਾਣੀ 'ਚ ਕਹਿ ਰਹੇ ਨੇ ਰਾਮ ਕਬੀਰ ਹੈ ਭੇਦ ਨਾ ਭਾਈ, ਕਬੀਰ ਵਿੱਚ ਅਤੇ ਰਾਮ ਵਿੱਚ ਫਰਕ ਨਹੀਂ। ਇੱਥੋਂ ਤੱਕ ਉਹ ਕਹਿ ਰਹੇ ਨੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ। ਜਾਂ ਦੀ ਉਹਨਾਂ ਦੇ ਬਚਨ ਪੜ੍ਹਨੇ, ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰ ਰਾਮ ਕੋਈ ਨਿਬਰਿਓ, ਕਿਉਂਕਿ ਗੁਰਮਤ ਰੁਖਾਨੀਅਤ ਨੂੰ ਪਹਿਲ ਦਿੰਦੀ ਹੈ। ਜੇ ਬੰਦੇ ਦਾ ਅੰਦਰ ਸ਼ਬਦ ਤੋਂ ਸੱਖਣਾ ਹੈ, ਬਾਹਰ ਮੁਖੀ ਕਹੀ ਜਾਏ ਮੈਂ ਸੱਚ ਬੋਲਣਾ, ਉਹ ਵਕਤੀ ਇਮੋਸ਼ਨਲ ਕਰ ਸਕਦਾ ਪਰ ਸਦੀ ਵੀ ਸੱਚ ਕਾਇਮ ਨਹੀਂ ਰਹਿ ਸਕਦਾ। ਆਓ ਆਪਾਂ ਇੱਕ ਤਾਂ ਭਾਈ ਸਾਹਿਬ ਜੋ ਪੜ੍ਹ ਕੇ ਗਏ ਇਹਦੇ ਸੰਬੰਧੀ, ਬਾਕੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ, ਕਿਉਂਕਿ ਮੇਰਾ ਯਾਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਯਤਨ ਕਰਨਾ ਹੁੰਦਾ, ਕਿਉਂਕਿ ਤੁਸੀਂ ਬਾਣੀ ਜੇ ਤੁਸੀਂ ਘਟਨਾਵਾਂ ਨੂੰ ਸੁਣਨਾ ਤੇ ਮੇਰੇ ਖਿਆਲ ਮੇਰੇ ਤੋਂ ਵੱਧ ਕਈ ਗੁਣਾ ਆਪ ਜੀ ਨੂੰ ਪਤਾ ਹੈ, ਕਿਉਂਕਿ ਜਿਹੜੇ ਬੰਦੇ ਰਹਿੰਦੀ ਫੇਸਬੁੱਕ 'ਤੇ ਨੂੰ ਸਭ ਤੋਂ ਵੱਧ ਪਤਾ ਹੁੰਦਾ। ਅਤੇ ਉਹ ਕਈ ਵਾਰੀ ਕਹਿੰਦੇ ਭਾਈ ਸਾਹਿਬ ਜੀ ਆਹ ਗੱਲ ਸੁਣੀਏ ਇਸ ਮੁੱਦੇ ਦੀ, ਹਕੀਕਤ ਦੇ ਵਿੱਚ ਸਾਨੂੰ ਪਤਾ ਨਹੀਂ ਹੁੰਦਾ, ਮੇਰੇ ਕੋਲ ਤਾਂ ਹੈ ਨਹੀਂ। ਅਤੇ ਮੈਂ ਇਸ ਕਰਕੇ ਜਿੰਨੀ ਕੁ ਗੁਰੂ ਗ੍ਰੰਥ ਸਾਹਿਬ ਸੋਝੀ ਦਿੰਦੇ ਨੇ ਉਹ ਮੈਂ ਗੱਲ ਆਪ ਨਾਲ ਸਾਂਝੀ ਕਰਨੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਹਜ਼ੂਰ ਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ 60ਵਿਆਂ ਤੱਕ, 60 ਸਾਲ ਦੇ ਕਰੀਬ ਸਿਰਫ ਆਪਣਾ ਜਿਹੜਾ ਉਹਨਾਂ ਦੇ ਪੂਰਵਜਾਂ ਦਾ ਸਨਾਤਨ ਮਤ ਸੀ ਉਸ ਅਨੁਸਾਰ ਉਹਨਾਂ ਬਤੀਤ ਕੀਤਾ ਹੈ। ਉਹ ਤਕਰੀਬਨ 19-20 ਵਾਰ ਗੰਗਾ ਜੀ ਦੇ ਇਸ਼ਨਾਨ ਕਰਨ ਗਏ ਆ। ਉਹਨਾਂ ਦਾ ਹਰ ਸਾਲ ਦਾ ਨੇਮ ਸੀ 6 ਮਹੀਨੇ ਉਹ ਘਰ ਰਹਿੰਦੇ ਸਨ, ਅਤੇ ਪਿੰਡ ਉਹਨਾਂ ਦਾ ਹੈ ਜਿਹਨੂੰ ਅਸੀਂ ਬਾਸਰ ਕੇ ਕਹਿੰਦੇ ਹਾਂ, ਅਸਲ 'ਚ ਉਹ ਪਿੰਡ ਹੈ ਬਾਸਰ ਕੇ ਗਿੱਲਾਂ, ਉੱਥੇ ਹਜ਼ੂਰ ਦਾ ਜਨਮ ਹੋਇਆ। ਅਤੇ ਅੱਜ ਕੱਲ੍ਹ ਮੈਂ ਸ਼ਬਦ ਵਰਤਾਂ, ਪਾਕਿਸਤਾਨ ਦੀ ਸਰਹੱਦ ਦੇ ਉੱਤੇ ਇੱਕ ਪਿੰਡ ਹੈ, ਉਹਦਾ ਨਾਮ ਹੈ ਸਨਖਤਰਾ। ਦਾਸ ਉੱਥੇ ਕਥਾ ਵੀ ਕਰਕੇ ਆਇਆ,
ਉੱਥੇ ਬਾਬਾ ਅਮਰਦਾਸ ਜੀ ਦਾ ਉਸ ਪਿੰਡ ਵਿੱਚ ਵਿਆਹ ਹੋਇਆ ਹੈ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 60ਵਿਆਂ ਤੱਕ 19-20 ਵਾਰ ਫਿਰ ਜਦੋਂ ਦੁਬਾਰਾ ਜਾਂਦੇ ਆ, ਗੰਗਾ ਇਸ਼ਨਾਨ ਕਰਨ ਜਾਂਦੇ ਨੇ, 6 ਮਹੀਨੇ ਘਰ ਰੁਕਦੇ ਸਨ, 6 ਮਹੀਨੇ ਇਹ ਤੀਰਥ ਯਾਤਰਾ ਕਰਦੇ ਸਨ ਅਤੇ ਪੈਦਲ ਜਾਂਦੇ ਹੁੰਦੇ ਸਨ। ਅਖੀਰਲੇ ਜਦੋਂ 19 ਵਾਰ ਇਹ ਵਾਪਸ ਆਏ ਅਤੇ ਇਹਨਾਂ ਨੂੰ ਇੱਕ ਚੋਟ ਵੱਜੀ, ਅੰਦਰ ਇਮੋਸ਼ਨਲ ਸੀ, ਅੰਦਰ ਭਾਵਨਾ ਸੀ, ਸੱਚ ਦੀ ਭਾਲ 'ਚ ਤੁਰੇ ਜਾ ਰਹੇ ਸਨ, ਪਰ ਅਸਲ 'ਚ ਰਾਹ ਕੋਈ ਨਹੀਂ ਤੀ ਦਿਸ ਰਿਹਾ। ਉਹ ਉਦਾਸੀ ਸਾਧੂ ਸੀ ਜੀ, ਬਾਬਾ ਸ੍ਰੀ ਚੰਦ ਜੀ ਦਾ ਉਹ ਨਜ਼ਦੀਕੀ ਕਹਿ ਸਕਣਾ ਵਾ, ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦਾ ਸੀ। ਉਸ ਸਾਧੂ ਨੇ ਬਾਬਾ ਅਮਰਦਾਸ ਜੀ ਦੀ ਸੰਗਤ ਕੀਤੀ ਅਤੇ ਕਿਹਾ ਜਾਂਦਾ ਰਸਤੇ ਵਿੱਚ ਆਉਂਦਿਆਂ ਜਦੋਂ ਘਰ ਆਏ ਅਤੇ ਬਾਬਾ ਅਮਰਦਾਸ ਜੀ ਦੇ ਘਰ ਸਾਧੂ ਰੁਕਣ ਲੱਗਾ, ਉਹਨਾਂ ਇਹ ਹੀ ਪੁੱਛ ਲਿਆ ਤੇਰੇ ਗੁਰੂ ਦਾ ਨਾਮ? ਕਹਿੰਦਾ ਮੈਂ ਤਾਂ ਜੇ ਗੰਗਾ ਮਈਆ ਦੇ ਭਜਨ ਗਾ ਰਿਹਾ, ਗੁਰੂ ਲੱਭਾ ਨਹੀਂ। ਉਹਨਾਂ ਨੇ ਕਿਹਾ ਦੇਖੋ ਕੇਸ਼ ਤੁਹਾਡੇ ਚਿੱਟੇ ਹੋ ਗਏ, ਪਾਣੀ ਉਹਨਾਂ ਨੇ ਪੀਤਾ ਨਹੀਂ, ਚਲੇ ਗਏ। ਇਹ ਸ਼ਬਦ ਕਿਹਾ ਵੇਖੋ, ਅਰੇ ਮੈਂ ਇਤਨੇ ਦਿਨ ਨਗੁਰੇ ਕੀ ਸੋਭਤ ਮੇ ਰਹਾ, ਨਗੁਰੇ ਦੀ ਸੰਗਤ 'ਚ ਰਿਹਾ, ਬਸ ਇਹ ਚੋਟ ਅੰਦਰ ਨੂੰ ਵਿੰਨ ਗਈ ਅਤੇ ਦੂਜੀ ਰੱਬ ਨੇ ਕਿਰਪਾ ਇਹ ਕੀਤੀ, ਚੋਟ ਰੱਗ ਰਾਤ ਲੱਗ ਗਈ ਸੀ ਅਤੇ ਸਵੇਰੇ ਸੱਕੇ ਭਰਾ ਦੇ ਘਰੋਂ ਉਹਨਾਂ ਦੀ ਨੂੰਹ, ਮੈਂ ਬੇਨਤੀ ਕਰਾਂ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੂੰਹ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਬੀਬੀ ਅਮਰੋ ਜੀ, ਜਿਹੜੀ ਨੇਮ ਅਨੁਸਾਰ ਜੋ ਉਸ ਵਕਤ ਦਾ ਨਿਤਨੇਮ ਸੀ ਉਸ ਤੋਂ ਇਲਾਵਾ ਵੀ ਉਹ ਸ਼ਬਦਾਂ ਦੇ ਜਾਪ ਕਰਦੀ ਹੁੰਦੀ ਸੀ। ਮੈਂ ਇੱਕ ਵਾਰ ਕਿਹਾ ਸੀ ਉਸ ਵਕਤ ਸਿੱਖ ਜਪਜੀ ਸਾਹਿਬ ਦਾ ਪਾਠ ਕਰਦੇ ਸਨ, ਆਰਤੀ ਦੇ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਦੇ ਨੇ ਉਹ ਸ਼ਾਮ ਨੂੰ ਗਾਉਂਦੇ ਸਨ, ਅਤੇ ਜਿਹੜੇ ਸੋਧਰ ਨਾਲ ਸ਼ਬਦ ਸੰਬੰਧਿਤ ਨੇ ਗੁਰੂ ਨਾਨਕ ਸਾਹਿਬ ਦੇ ਉਸ ਵਕਤ ਉਹ ਪੜ੍ਹੇ ਜਾਂਦੇ ਸਨ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਕਿ ਸੋ ਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਂ ਪੁਚਾਰਾ। ਸੋਦਰ ਦਾ ਸ਼ਬਦ, ਆਰਤੀ ਦੇ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨੇ, ਅਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਸੀ। ਅਤੇ ਜਦੋਂ ਅਸੀਂ ਇਸ ਇਤਿਹਾਸ ਨੂੰ ਪੜ੍ਹਦੇ ਹਾਂ, ਜਿਹੜਾ ਸ਼ਬਦ ਦੁੱਧ ਰਿੜਕਦਿਆਂ ਬੀਬੀ ਅਮਰੋ ਜੀ ਪੜ੍ਹ ਰਹੇ ਨੇ ਉਹ ਨਿਤਨੇਮ ਦੀ ਬਾਣੀ ਦਾ ਹਿੱਸਾ ਹੀ ਨਾ ਸੁਬਾਹ ਦੀ ਨਾ ਸ਼ਾਮ ਦੀ ਬਾਣੀ ਦਾ ਹਿੱਸਾ ਨਹੀਂ, ਉਹ ਮਾਰੂ ਰਾਗ ਦਾ ਸ਼ਬਦ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪੈ, ਜਿਉਂ ਜਿਉਂ ਕਿਰਤ ਚਲਾਈਐ ਤਿਉਂ ਚਲੀਐ, ਤੋ ਗੁਣ ਨਾ ਹੀ ਅੰਤ ਖਰੇ, ਚਿਤ ਚੇਤਸ ਕੀ ਨੀ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਖੈਰ ਇਹਦੇ ਅਖੀਰ 'ਚ ਸ਼ਬਦ ਦੇ ਤੁਕਾਂ ਨੇ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਲਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਿਨੇ ਖਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਖਾ। ਇਹ ਸ਼ਬਦ ਮਾਰੂ ਲੱਗਦਾ, ਨਿਤਨੇਮ ਦਾ ਹਿੱਸਾ ਨਹੀਂ, ਅਤੇ ਮੇਰਾ ਖਿਆਲ ਸਾਨੂੰ ਇਹ ਤੋਂ ਸੋਝੀ ਲੈਣੀ ਚਾਹੀਦੀ ਹੈ, ਇਸ ਝਗੜੇ ਨੂੰ ਇੰਨਾ ਨੇਮ ਕਰਨਾ ਇੰਨਾ ਨਹੀਂ ਕਰਨਾ। ਯਾਦ ਰੱਖਿਓ ਉਸ ਵਕਤ ਗੁਰਸਿੱਖ ਜਿੰਨੀ ਬਾਣੀ ਜ਼ਬਾਨੀ ਚੇਤੇ ਹੁੰਦੀ ਸੀ ਤਕਰੀਬਨ ਉਸ ਬਾਣੀ ਦੇ ਸ਼ਬਦਾਂ ਦਾ ਪਾਠ ਸਵੇਰੇ ਆਪਣੇ ਨਿਤਨੇਮ ਨਾਲ ਕਰ ਲੈਂਦੇ ਸਨ। ਨੇਮ ਘਟਾਇਆ ਨੁਕਸਾਨ ਹੁੰਦਾ ਹੈ, ਵਧਾਇਆ ਕੋਈ ਘਾਟਾ ਨਹੀਂ ਪੈਣਾ। ਹਾਂ ਜੇ ਪਏਗਾ ਮੈਂ ਮਾਰੀ ਝੂਰੀ 'ਚ ਮੈਂ ਦੇਣਦਾਰ ਹਾਂ, ਜੇ ਘੱਟ ਮੈਂ ਦੇਣਦਾ, ਸੱਚੀ ਕਹਿ ਰਿਹਾ, ਬਾਣੀ ਵੱਧ ਪੜ੍ਹਨ ਨਾਲ ਘਾਟਾ ਥੋੜ੍ਹਾ ਪੈਣਾ, ਆਤਮਕ ਅਵਸਥਾ ਬਣੇਗੀ ਨਾ। ਉਸ ਵਕਤ ਇਹ ਸ਼ਬਦ ਸੁਣਿਆ, ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਆਏ,
12 ਸਾਲ ਉਹਨਾਂ ਗਾਗਰ ਢੋਟੀ ਢੋਈ ਅਤੇ ਉਹਨਾਂ ਇੱਕ ਗੱਲ ਦੁਨੀਆ ਨੂੰ ਦੱਸ ਦਿੱਤੀ ਕਿ ਬੁਢੇਪਾ ਜ਼ਰੂਰ ਤੰਗ ਕਰਦਾ ਸੱਤਰਿਆਂ ਬੱਤਰਿਆਂ 'ਚ, ਪਰ ਮਹਾਰਾਜ ਕਹਿੰਦੇ ਆ ਜੇ ਅੰਦਰ ਸੁਰਤ ਕਾਇਮ ਹੋਵੇ ਤਾਂ 72 ਸਾਲ ਦੀ ਉਮਰ 'ਚ ਬਾਬਾ ਅਮਰਦਾਸ ਹੀ ਗੁਰਿਆਈ ਉੱਤੇ ਅਸੀਨ ਹੋਏ ਨੇ। ਇਸੇ ਕਰਕੇ ਭੱਟਾਂ ਨੇ ਉਹਨਾਂ ਬਾਰੇ ਇੱਕ ਸ਼ਬਦ ਵਰਤਿਆ, ਜੇ ਸਾਰੇ ਤੁਸੀਂ ਪੜ੍ਹਦੇ ਹੋ ਕਿ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗੜੰਤ ਨ ਆਵੈ, ਰਬ ਸੰਸਕਰਨ ਇਦ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਬਣਾਵੇ। ਜਿੱਥੇ ਉਹਨਾਂ ਰੁਖਾਨੀਅਤ ਦੀ ਕਿਰਪਾ ਕੀਤੀ, ਉਹਨਾਂ ਨੇ ਸੋਸ਼ਲ ਜਿਹਨੂੰ ਕਹਿੰਦੇ ਸਮਾਜ ਦਾ ਸੁਧਾਰ ਬਹੁਤ ਕੀਤਾ। ਆਪ ਨੂੰ ਪਤਾ ਉਹਨਾਂ ਵਿਧਵਾ ਵਿਆਹ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰਾਇਆ। ਜੇ ਪਤੀ ਦੀ ਮੌਤ ਹੋ ਜਾਏ ਉਹਨੂੰ ਸਤੀ ਹੋਣਾ ਪੈਂਦਾ ਸੀ। ਸਾਡੇ ਵਿਦਵਾਨ ਕਹਿੰਦੇ ਨੇ ਅਕਬਰ ਜਦੋਂ ਹਜ਼ੂਰ ਦੇ ਦਰਬਾਰ 'ਚ ਆਇਆ ਤਾਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਜੇ ਤੂੰ ਸੇਵਾ ਕਰਨੀ ਚਾਹੁੰਦਾ ਤਾਂ ਉਸ ਸਤੀ ਦੀ ਪ੍ਰਥਾ 'ਤੇ, ਕੁਪ੍ਰਥਾ 'ਤੇ ਰਾਜਸੀ ਤੌਰ 'ਤੇ ਇਹਨੂੰ ਕਾਨੂੰਨ ਬਣਾ ਕੇ ਰੋਕ ਲਾ ਦੇ, ਕਿਸੇ ਔਰਤ ਨੂੰ ਆਪਣੇ ਪਤੀ ਦੀ ਲਾਸ਼ ਨਾਲ ਜਿਉਂਦੇ ਸੜਨਾ ਨਾ ਪਏ। ਅਗਲੀ ਗੱਲ, ਉਹ ਸਾਲ ਕਾਲ ਵਿਆਹ ਸੀ ਅਤੇ ਉਹਨੇ ਕਿਹਾ ਮਹਾਰਾਜ ਮੈਂ ਤੁਹਾਨੂੰ ਜਗੀਰ ਦਿਆਂ। ਹਜ਼ੂਰ ਨੇ ਕਿਹਾ ਕੰਮ ਕਰ, ਇਹ ਸਾਲ ਲੋਕਾਂ ਦਾ ਮਾਮਲਾ ਮਾਫ਼ ਕਰ ਦੇ। ਉਹ ਸਾਰੇ ਸਨ, ਪਰ ਖੇਤ ਇਸ ਗੱਲ ਦਾ ਕਿ ਮਹੇਸ਼ ਚੰਦ ਵਰਗਾ ਜਿਹੜਾ ਜਿਹਨੂੰ ਬੀਰਬਲ ਕਹਿੰਦੇ ਆ, ਉਹਨੇ ਕਿਹਾ ਸੀ ਕਿ ਸਾਡੇ ਤੋਂ ਮਾਫ਼ ਕਰ ਦਿਓ, ਸਿੱਖਾਂ ਤੋਂ ਲਾ ਦਿਓ, ਕਿਉਂਕਿ ਸਿੱਖ ਹਿੰਦੂ ਨਹੀਂ, ਉਹ ਸਾਡੇ ਤੋਂ ਵਿਪਰੀਤ ਰਸਮਾਂ ਕਰਦੇ। ਮੈਂ ਆਪ ਨੂੰ ਬੇਨਤੀ ਕਰਾਂ, ਪੰਗਤ ਦੀ ਪ੍ਰਥਾ 'ਤੇ, ਪੰਗਤ ਦੀ ਮਰਿਆਦਾ 'ਤੇ ਸਤਿਗੁਰਾਂ ਨੇ ਬਹੁਤ ਜ਼ੋਰ ਦਿੱਤਾ। ਮੁੱਖ ਦੀ ਗੱਲ ਕੀ, ਉਹਨਾਂ ਨੇ ਆਪਣੀ ਰਸਨਾ ਤੋਂ ਜਿਹੜੇ ਸ਼ਬਦ ਉਚਾਰਨ ਕੀਤੇ ਉਹ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ। ਮੈਂ ਤਾਂ ਇਹ ਸ਼ਬਦ ਥੋੜ੍ਹਾ ਜਿਹਾ ਚੁਣ ਲਿਆ ਕਿਉਂਕਿ ਆਪਾਂ ਸਾਰੇ ਪੜ੍ਹ ਰਹੇ ਸਾਂ, ਬਹੁਤੇ ਫੇਰ ਭੈ ਕਿਰਪਨ ਕੋ। ਕਹਿੰਦੇ ਅੱਜ ਦੇ ਨਹੀਂ, ਪਤਾ ਨਹੀਂ ਕਿੰਨੇ ਕੁ ਫੇਰੇ ਹੋ ਗਏ ਨੇ ਇਸ ਦੇਹ ਨੂੰ ਧਾਰਨ ਕਰਦੇ। ਫੇਰ ਦਾ ਅਰਥ ਵਾਰੀ ਹੈ ਨਾ, ਕਿੰਨੇ ਫੇਰੇ ਹੋ ਗਏ ਸਾਨੂੰ, ਕਿੰਨੀ ਵਾਰੀ ਇਹ ਜਨਮ ਲੈ ਕੇ ਆਏ ਹਾਂ। ਕਿਰਪਨ ਦਾ ਅਰਥ ਹੈ ਕੰਜੂਸ, ਮੈਂ ਕੰਜੂਸ ਹਾਂ, ਮੈਂ ਬਿਲਕੁਲ ਸਵਾਸਾਂ ਦੀ ਪੂੰਜੀ ਨਾਮ 'ਚ ਨਹੀਂ ਖਰਚੀ, ਮੈਂ ਇਸ ਨੂੰ ਹੋਰ ਪਾਸੇ ਲਾਇਆ। ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀ ਜੈ। ਆਪਾਂ ਸੁਣਿਆ ਅਤੇ ਮੈਂ ਆਪ ਨੂੰ ਵੇਖੋ, ਪ੍ਰਚਾਰਕ ਹੋਣ ਦੇ ਨਾਤੇ ਬੋਲਣਾ ਪੈਂਦਾ। ਹਫ਼ਤੇ ਵਿੱਚ ਵੀ ਨਾ ਕੋਈ ਕਥਾ ਵਾਚ ਕਥਾ ਕਰੇ, ਕੋਈ ਕੀਰਤਨੀ ਜਾਂ ਕੀਰਤਨ ਕਰੇ, ਗੁਰਮੁਖੋ ਜੇ ਦੋ ਤੁਕਾਂ ਵੀ ਕੀਰਤਨ ਦੀਆਂ ਪੱਲੇ ਬੰਨ੍ਹ ਕੇ ਲੈ ਜਾਈਏ ਨਾ, ਆਪਾਂ ਕੁਝ ਗੁਰਦੁਆਰਿਓਂ ਆ ਕੇ ਖੱਟ ਕੇ ਜਾਵਾਂਗੇ, ਕਿਉਂਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਨਾ। ਸਕੂਲ ਵਿੱਚ ਪੁੱਛਿਆ ਜਾਂਦਾ ਸੀ ਕਿ ਹੋਮਵਰਕ ਕੀਤਾ ਕਿ ਨਹੀਂ, ਮਾਪਿਆਂ ਨੂੰ ਸੱਦਿਆ ਜਾਂਦਾ ਸੀ, ਇੱਥੇ ਨਾ ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਕਿ ਤੂੰ ਗੁਰਦੁਆਰੇ ਅੱਜ ਕੀ ਸਿੱਖ ਕੇ ਆਇਆ। ਮਹਾਰਾਜ ਜੀ ਨੇ ਇੱਥੇ ਦੇਖਿਆ ਬਹੁਤੇ ਬਹੁਤੇ ਫੇਰ ਹੋ ਗਏ ਆ, ਬੜੇ ਜਨਮ ਹੋ ਗਏ ਆ, ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜਾ, ਹੁਣ ਕਿਰਪਾ ਕਰ ਦਿਓ ਕੀ ਜੀ। ਹੋ ਦਇਆਲ, ਤੁਸੀਂ ਦਇਆ ਦੇ ਘਰ ਚਾਹੋ, ਦਰਸ਼ਨ ਦਿਓ ਆਪਣਾ, ਆਪਣੇ ਦਰਸ਼ਨਾਂ ਦੀ ਦਾਤ ਦੇ ਦਿਓ। ਦੇਖੋ ਇਹ 'ਚ ਕੋਈ ਕਮਾਈ ਨਹੀਂ ਕਹੀ, ਮੈਂ ਪਹਿਲੀ ਤੁਕ ਬੇਨਤੀ ਕਰਾਂਗਾ ਅਸਲ 'ਚ, ਇਹ ਅਸਥਾਈ ਸੀ ਭਾਈ ਸਾਹਿਬ ਜੋ ਪੜ੍ਹ ਰਹੇ ਸਾਂ। ਮਹਾਰਾਜ ਕਹਿੰਦੇ ਨੇ ਹੋ ਦਇਆਲ, ਦਰਸ਼ਨ ਦਿਓ ਆਪਣਾ, ਤੁਸੀਂ ਦਇਆ 'ਚ ਘਰ ਚਾਹੋ, ਆਪਣੇ ਦਰਸ਼ਨ ਦਿਓ, ਐਸੀ ਬਖਸ਼ ਕਰੀ ਜਾਏ, ਇਹ ਬਖਸ਼ਿਸ਼ ਕਰੋ। ਹੁਣ ਜਿਹੜੀਆਂ ਪਹਿਲੀਆਂ ਤੁਕਾਂ ਨੇ ਉਹਨੇ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਦੇਖੋ ਇਹ 'ਚ ਇੱਕ ਦੋ ਜਿਹੜੇ ਸ਼ਬਦ ਨੇ ਉਹ ਬਹੁਤ ਗਹਿਰੇ ਅਰਥ ਰੱਖਦੇ ਨੇ। ਇੱਕ ਤਾਂ ਭੀਖਕ ਭਿਖਾਰੀ ਦਾ ਅਰਥ ਹੋ ਗਿਆ ਜੀ ਅਸੀਂ ਮੰਗਦੇ ਹਾਂ,
ਹਮ ਭੀਖਕ ਭੇਖਾਰੀ ਤੇਰੇ ਅੱਗੇ ਕਿਹਾ ਤੂੰ ਨਿਜ ਪਤ ਹੈ ਦਾਤਾ। ਦਾਤਾ ਨਾਲ ਇੱਕ ਸ਼ਬਦ ਹੋਰ ਲਾ ਦਿੱਤੇ, ਦੋ ਨਿਜ ਪਤ, ਤੂੰ ਨਿਜ ਪਤ ਹੈ ਦਾਤਾ। ਸੁਣਿਓ ਇਸ ਨੂੰ ਗੁਰਮੁਖੋ, ਇਹਦਾ ਅਰਥ ਹੈ ਤੂੰ ਆਪਣੇ ਅਧਿਕਾਰਾਂ ਦਾ ਆਪ ਹੀ ਮਾਲਕ ਹੈ। ਤੁਹਾਨੂੰ ਕੁਛ ਦੇਣ ਲੱਗਿਆਂ ਕਿਸੇ ਦੀ ਮੀਟਿੰਗ ਬੁਲਾਉਣ ਦੀ ਲੋੜ ਨਹੀਂ ਕਿ ਮੈਂ ਇਹ ਕੰਮ ਕਰਾਂ ਕਿ ਨਾ। ਨਿਜ ਪਤ ਦਾ ਅਰਥ ਹੈ ਤੁਸੀਂ ਆਪਣੇ ਆਪ ਸਵਤੰਤਰ ਹੋ। ਨਿਜ ਪਤ ਦਾ ਅਰਥ ਹੈ ਤੁਸੀਂ ਆਪਣੇ ਪਤੀ, ਆਪਣੇ ਮਾਲਕ ਆਪ ਹੋ। ਤੁਹਾਨੂੰ ਕਿਸੇ ਤੋਂ ਪੁੱਛਣਾ ਪੈਣਾ ਕਿ ਇਸ ਬੰਦੇ ਨੇ ਇੰਨੇ ਗੁਨਾਹ ਕੀਤੇ ਨੂੰ ਮਾਫ਼ ਕਰ ਦਈਏ ਕਿ ਨਾ, ਇਸ ਬੰਦੇ ਨੇ ਇੰਨੇ ਪਾਪ ਕੀਤੇ ਨੇ ਇਹ ਨਾਮ ਮੰਗਣ ਆਇਆ ਦੇ ਦਈਏ ਕਿ ਨਾ। ਵਾਹ ਵਾਹ, ਮਹਾਰਾਜ ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਸਵਤੰਤਰ ਹੋ, ਤੁਸੀਂ ਬੇਮੁਥਾਜ ਹੋ, ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਅਤੇ ਸਤਿਗੁਰਾਂ ਨੇ ਬਾਣੀ 'ਚ ਕਿਹਾ ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਉਹ ਕਿਸੇ ਦੀ ਸਲਾਹ ਲੈ ਕੇ ਫੈਸਲੇ ਨਹੀਂ ਕਰਦਾ, ਆਪਣੇ ਆਪ ਕਰਦਾ। ਅਤੇ ਜੇ ਆਪਣੇ ਫੈਸਲੇ ਤੁਸੀਂ ਆਪ ਕਰਦੇ ਹੋ ਤਾਂ ਕਿਰਪਾ ਕਰੋ, ਮੈਂ ਝੋਲੀ ਅੱਡ ਕੇ ਆਇਆ, ਮੇਰੇ ਮੰਗਤੇ ਦੀ ਝੋਲੀ 'ਚ ਆਪਣਾ ਨਾਮ ਪਾ ਦਿਓ। ਆਹ ਵੇਖੋ ਕਮਾਲ ਦੀ ਗੱਲ, ਤੁਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਲਓ, ਕਿੱਡੀ ਵੱਡੀ ਬਾਤ। ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਮੈਨੂੰ ਨਾਮ ਦੇ ਦਿਓ, ਸਵਤੰਤਰ ਹੋ ਤੁਸੀਂ। ਇਹ ਤੁਸੀਂ ਬਹਾਨਾ ਨਹੀਂ ਕਰ ਸਕਦੇ, ਮੈਂ ਪੁੱਛਾਂਗਾ, ਕੱਲ੍ਹ ਨੂੰ ਦੇਖਾਂਗਾ, ਸਲਾਹ ਕਰਾਂਗੇ, ਜੇ ਮੀਟਿੰਗ 'ਚ ਪਾਸ ਹੋਇਆ ਸਾਥੀ ਮੰਨੇ ਤਾਂ। ਕਹਿੰਦੇ ਨਾ, ਇਹ ਤਾਂ ਬਹਾਨਾ ਹੈ ਹੀ ਨਹੀਂ, ਤੁਸੀਂ ਆਪਣੇ ਫੈਸਲੇ ਆਪ ਕਰ ਦਿਓ ਅਤੇ ਮੇਰੀ ਝੋਲੀ 'ਚ ਨਾਮ ਦਾ ਦਾਨ ਪਾ ਦਿਓ। ਵਾਹਿਗੁਰੂ, ਕਿੱਡਾ ਭਰੋਸਾ ਜੀ। ਤੂੰ ਨਿਜ ਪੈ ਤਾਂ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਮੈਂ ਹੱਕ ਨਹੀਂ ਮੰਗਣ ਆਇਆ, ਅੱਜ ਮੈਂ ਹੀ ਬੇਨਤੀ ਕਰਨੀ ਹੈ। ਇਸ ਕਥਾ ਵਿੱਚ ਮੈਂ ਮੰਗਤਾ ਬਣ ਕੇ ਆਇਆ, ਮੰਗਤੇ ਦਾ ਹੱਕ ਕੋਈ ਨਹੀਂ ਹੁੰਦਾ, ਮਾਲਕ ਦਾ ਰਹਿਮ ਹੀ ਝੋਲੀ 'ਚ ਪੈਂਦਾ। ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਇਹੋ ਜੀ ਸਾਡੇ 'ਤੇ ਕਿਰਪਾ ਕਰ ਦਿਓ ਮਹਾਰਾਜ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਅਸੀਂ ਸਿੱਖ ਸ਼ਬਦ ਵਰਤਨੇ ਆ, ਤੁਸੀਂ ਜੋ ਮਰਿਆਦਾ ਵੀ ਬਾਹਰ ਲਾਈ ਹੈ ਉਸਦਾ ਪਹਿਲਾ ਕੁਐਸਚਨ ਸਿੱਖ ਕੌਣ ਹੈ, ਸਿੱਖ ਕਿਹਨੂੰ ਕਹਿੰਦੇ ਨੇ। ਇੱਕ ਤਾਂ ਇਹਦੇ ਵਿਆਕਰਣਕ ਸ਼ਬਦ ਜੀ, ਇਹ ਆਪਾਂ ਜਦੋਂ ਇਹਨੂੰ ਵਿਆਕਰਨ ਦੇ ਹਿਸਾਬ ਨਾਲ ਅਰਥ ਕਰਾਂਗੇ, ਭਾਸ਼ਾ ਦੇ ਹਿਸਾਬ ਨਾਲ ਅਰਥ ਕਰਾਂਗੇ, ਤਕਨੀਕੀ ਸ਼ਬਦ ਕੀ ਇੱਕ ਉਹ ਅਰਥ ਨੇ। ਸਾਡੇ ਕੁਛ ਵਿਦਵਾਨ ਕਹਿੰਦੇ ਆ ਵੀ ਸਿੱਖ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦਾ ਇੱਕ ਸ਼ਬਦ ਹੈ, ਸ਼ਿਸ਼ ਜਾਂ ਹਿੰਦੀ 'ਚ ਸ਼ਬਦ ਵਰਤਣੇ ਸ਼ਿਸ਼ ਹੈ, ਜਿਹਨੂੰ ਵਿਦਿਆਰਥੀ ਕਹਿੰਦੇ ਆ, ਸਟੂਡੈਂਟ ਕਹਿੰਦੇ ਆ, ਪੜ੍ਹਨ ਵਾਲਾ ਕਹਿੰਦੇ। ਸਾਡੇ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਜਿਵੇਂ ਸ਼ਾਇਦ ਤੁਸੀਂ ਸੁਣਿਆ ਹੋਣਾ, ਇੱਕ ਛੋਟੀ ਜਿਹੀ ਕਿਤਾਬ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾਕਟਰ ਗੰਡਾ ਸਿੰਘ ਨੇ ਲਿਖੀ ਹੈ, ਪੰਜਾਬੀ 'ਚ ਹੈ, ਅੰਗਰੇਜ਼ੀ 'ਚ ਵੀ ਹੈ, ਕਿ ਜੇ ਕਿਸੇ ਬੰਦੇ ਨੇ ਸੰਖੇਪ ਸਿੱਖ ਇਤਿਹਾਸ ਅਤੇ ਗੁਰੂ ਇਤਿਹਾਸ ਪੜ੍ਹਨਾ ਉਸ ਕਿਤਾਬ ਨੂੰ ਧਿਆਨ ਨਾਲ ਜ਼ਰੂਰ ਪੜ੍ਹੇ। ਉਹਦੇ ਵਿੱਚ ਇੱਕ ਉਹ ਗੱਲ ਕਹਿੰਦੇ ਆ, ਉਹ ਕਹਿੰਦੇ ਸਿੱਖ ਸ਼ਬਦ ਜਿਹੜਾ ਹੈ ਇਹ ਸ਼ਿਸ਼ ਸ਼ਬਦ ਦਾ ਤਦਭਵ ਰੂਪ ਹੈ। ਫਿਰ ਇਸ ਵਿਆਕਰਨ 'ਚ ਇੱਕ ਸ਼ਬਦ ਹੁੰਦਾ, ਇੱਕ ਤਤਸਮ ਹੁੰਦਾ, ਇੱਕ ਤਦਭਵ ਹੁੰਦਾ, ਇਹਦਾ ਮਤਲਬ ਸ਼ਬਦ ਸ਼ਿਸ਼ ਹੈ ਅਤੇ ਇਹਦੇ ਵਿੱਚੋਂ ਨਿਕਲਿਆ ਸ਼ਬਦ ਸਿੱਖ। ਪੰਜਾਬੀ 'ਚ ਇਹਨੂੰ ਸਿੱਖ ਕਹਿਣ ਲੱਗ ਪਏ ਹਾਂ। ਇਹਦਾ ਅਰਥ ਜਿਹੜਾ ਸਿੱਖਿਆਰਥੀ, ਸਰਦਾਰ ਕਪੂਰ ਸਿੰਘ, ਉਹਦੀ ਵਿਦਵਤਾ ਦਾ ਵੀ ਕੋਈ ਸਾਨੀ ਨਹੀਂ ਜੀ। ਉਹ ਇਹ ਗੱਲ ਕਹਿੰਦੇ ਆ, ਕਹਿੰਦੇ ਆ ਕਿ ਮੈਂ ਇਹ ਨਹੀਂ ਕਿ ਉਹਨਾਂ ਦੀ ਆਪਸ 'ਚ ਕੋਈ ਬਹਿਸ ਕਰਾ ਰਿਹਾ, ਕਿ ਉਹ ਸ਼ਬਦ ਵਿਚਾਰ ਸੁਹਿਰਦ ਹੋ ਕੇ ਕਰੋ ਤਾਂ ਬਹੁਤ ਕੁਝ ਪਾਇਆ ਜਾ ਸਕਦਾ, ਕਿਸੇ ਨੂੰ ਬੇਇੱਜ਼ਤ ਹੋ ਕੇ ਕਰਨ ਵਿਚਾਰ ਕਰਨ ਲੱਗ ਪਓ ਅਤੇ ਖੰਡਾ ਤੋਂ ਬਿਨਾਂ ਕੁਛ ਵੀ ਪੱਲੇ ਨਹੀਂ ਪੈਂਦਾ। ਸੁਹਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਸਿੱਖ ਜਦੋਂ ਵੀ ਕਰਤੇ ਕਰੇ ਉਹ ਖੇਤ ਚਰਚਾ ਕਰੇ,
ਖੇਤ ਚਰਚਾ ਦਾ ਮਤਲਬ ਪਤਾ ਕੀ ਸੀ ਜੀ? ਦੋ ਸਿੱਖ ਕਿਸੇ ਗੱਲ ਦੀ ਸਮਝ ਨਹੀਂ, ਦੋਨਾਂ ਨੂੰ ਕਿਸੇ ਸ਼ਬਦ ਦੀ ਸਮਝ ਨਹੀਂ ਪੈ ਰਹੀ। ਉਹ ਸੁਖਿਰਦਤਾ ਨਾਲ ਜਾਣ ਇੱਕ ਦੂਜੇ ਦੇ ਨੇੜੇ, ਪਰ ਇਸ ਬਿਰਤੀ ਨਾਲ ਨਹੀਂ ਕਿ ਮੈਨੂੰ ਨੌਲੇਜ ਬਹੁਤ ਅਤੇ ਮੈਂ ਉਹਨੂੰ ਹਰਾ ਕੇ ਆਵਾਂਗਾ। ਉਹ ਕਹਿੰਦੇ ਦੋਨੋਂ ਇੱਕ ਦੂਜੇ ਦੇ ਨੇੜੇ ਜਾਣ, ਅਤੇ ਇਸ ਤਰ੍ਹਾਂ ਜਿਵੇਂ ਇੱਕ ਦੀਵਾ ਬਲਦਾ ਹੈ, ਕੋਈ ਸ਼ੱਕ ਨਹੀਂ ਉਹ ਰੋਸ਼ਨੀ ਦਿੰਦਾ ਹੈ, ਪਰ ਆਪਣੇ ਥੱਲੇ ਤਾਂ ਹਨੇਰਾ ਹੀ ਹੈ ਨਾ। ਉਹ ਬਲਦਾ ਹੋਇਆ ਦੀਵਾ ਬਾਹਰ ਚਾਨਣ ਵਿਖੇਰਦਾ, ਆਪਣੇ ਥੱਲੇ ਹਨੇਰਾ ਹੈ। ਅਤੇ ਜੇ ਉਸ ਬਲਦੇ ਹੋਏ ਦੀਵੇ ਵਰਗਾ ਸਮਾਨਾਂਤਰ ਉਹਦੇ ਵਰਗਾ ਦੀਵਾ ਕੋਈ ਲਿਆ ਕੇ ਬਲਦਾ ਹੋਇਆ ਕੋਲ ਰੱਖਦਾ ਨਾ, ਅਤੇ ਤੁਸੀਂ ਧਿਆਨ ਨਾਲ ਦੇਖਿਓ, ਦੋਨਾਂ ਦੀਵਿਆਂ ਦੇ ਥੱਲੇ ਦਾ ਹਨੇਰਾ ਆਪਣੇ ਆਪ ਹੀ ਖਤਮ ਹੋ ਜਾਂਦਾ। ਦੋ ਬਲਦੇ ਹੁਣ ਦੀਵੇ। ਖੇਤ ਚਰਚਾ ਦਾ ਮਤਲਬ ਇਹ ਵੇ ਕਿ ਜਿੰਨੀ ਕੁ ਆਪਣੀ ਸਮਝੇ ਉਹ, ਅਤੇ ਜਿੰਨੀ ਦੂਜੇ ਦੀ ਸਮਝ ਹੈ ਉਸ ਅਨੁਸਾਰ ਜਾ ਕੇ ਕੋਈ ਵੀ, ਉਂਝ ਤਾਂ ਵੈਸੇ ਤਾਂ ਹੁਣ ਸੱਚੀ ਦੱਸਾਂ ਗੁਰਮੁਖੋ, 50% ਝਗੜੇ ਉਦੋਂ ਹੀ ਮਿੱਟ ਜਾਂਦੇ ਨੇ ਜਦੋਂ ਬੰਦੇ ਸੁਹਿਰਦ ਹੋ ਕੇ ਇੱਕ ਦੂਜੇ ਨੇੜੇ ਬਹਿਣ ਲੱਗ ਪੈਣ। ਜਦੋਂ ਬੈਠਦੇ ਨੇ ਦੂਰੀ ਬਣਦੀ ਹੈ, ਉਸ ਦੂਰੀ ਵਿੱਚੋਂ ਫਿਰ ਲੋਕ ਇੰਨਾ ਕੁ ਜ਼ਹਿਰ ਭਰ ਦਿੰਦੇ ਆ ਪਿਆਰੇ, ਉਹ ਸਾਲਾਂ ਤੱਕ ਬੰਦੇ ਇੱਕ ਦੂਜੇ ਨੂੰ ਮਿਲ ਕੇ ਰਾਜੀ ਨਹੀਂ ਹੁੰਦੀ। ਮੈਂ 50% ਕਹਿ ਰਿਹਾ, ਅੱਧਾ ਹਿੱਸਾ ਬੰਦਾ ਉਦੋਂ ਹੀ ਠੰਡਾ ਹੋ ਜਾਂਦਾ ਜਦੋਂ ਇੱਕ ਦੂਜੇ ਦੇ ਨੇੜੇ ਢੁੱਕਦਾ ਹੈ। ਮਹਾਰਾਜ ਕਹਿੰਦੇ ਖੇਤ ਚਰਚਾ ਕਰਿਓ। ਉੱਥੇ ਸਰਦਾਰ ਕਪੂਰ ਸਿੰਘ ਹੋਣਾ ਇੱਕ ਗੱਲ ਜਿਹੜੀ ਮੈਨੂੰ ਬਹੁਤ ਜਚੀ, ਉਹ ਕਹਿੰਦੇ ਜੇ ਅਸੀਂ ਇਹਨੂੰ ਕਹੀ ਜੀ ਸੰਸਕ੍ਰਿਤ ਦੇ ਸ਼ਿਸ਼ਿਆ ਸ਼ਬਦ ਦਾ ਤਦਭਵ ਰੂਪ ਸਿੱਖ ਹੈ, ਮੈਂ ਸਿਰਫ ਪਹਿਲਾਂ ਭਾਸ਼ਾ ਦੇ ਆਧਾਰ 'ਤੇ ਤਕਨੀਕੀ ਤੌਰ 'ਤੇ ਸ਼ਬਦ ਕੀ ਹੈ, ਉਹ ਕਹਿੰਦੇ ਨਹੀਂ, ਕਹਿੰਦੇ ਜਿਹੜਾ ਸੰਸਕ੍ਰਿਤ ਦਾ ਸ਼ਬਦ ਸ਼ਿਸ਼ ਹੈ ਜਾਂ ਅਸੀਂ ਸ਼ਿਸ਼ਿਆ ਸ਼ਬਦ ਵਰਤਦੇ ਹਾਂ, ਇਹਦਾ ਅਰਥ ਵਿਦਿਆਰਥੀ ਹੈ। ਉਹ ਵਿਦਿਆਰਥੀ ਇਤਿਹਾਸ ਦਾ ਵੀ ਹੋ ਸਕਦਾ, ਉਹ ਵਿਦਿਆਰਥੀ ਸਾਇੰਸ ਦਾ ਵੀ ਹੋ ਸਕਦਾ, ਉਹ ਵਿਦਿਆਰਥੀ ਹੋ ਸਕਦਾ ਮੈਥ ਦਾ ਵੀ ਹੋ ਸਕਦਾ, ਉਹ ਵਿਦਿਆਰਥੀ ਕਿਸੇ ਸੋਸ਼ਲ ਸਾਇੰਸ ਦਾ ਵੀ ਹੋ ਸਕਦਾ। ਕਹਿੰਦੇ ਉਸ ਵਿਦਿਆਰਥੀ ਦੀ ਤੁਲਨਾ ਗੁਰਮੁਖੀ ਦੇ ਸਿੱਖ ਨਾਲ ਜੁਲਣੀ ਠੀਕ ਨਹੀਂ, ਕਿ ਸਿੱਖ ਉਹ ਹੈ ਜਿਹਦੇ ਅੰਦਰ ਸਤਿਗੁਰੂ ਆਪ ਵਰਤਣ ਲੱਗ ਪੈਂਦਾ ਹੈ। ਫਿਰ ਅਰਥ ਸੁਣਿਓ, ਮੈਨੂੰ ਬੜੇ ਚੰਗੇ ਅਰਥ ਲੱਗੇ। ਕਹਿੰਦੇ ਜੇ ਸਿਰਫ ਉਹ ਸ਼ਿਸ਼ਿਆ ਤਾਂ ਉਹਨੂੰ ਵੀ ਕਹਿੰਦੇ ਆ ਜਿਹੜਾ ਵੇਦ ਪੜ੍ਹ ਰਿਹਾ, ਉਹਨੂੰ ਵੀ ਵਿਦਿਆਰਥੀ ਕਹਿੰਦੇ ਆ ਜਿਹੜਾ ਸਾਇੰਸ ਪੜ੍ਹ ਰਿਹਾ, ਉਹਨੂੰ ਵਿਦਿਆਰਥੀ ਕਹਿੰਦੇ ਆ ਜਿਹੜਾ ਮੈਥ ਪੜ੍ਹ ਰਿਹਾ, ਪਰ ਗੁਰਸਿੱਖੀ ਵਿੱਚ ਕਹਿੰਦੇ ਨੇ ਮੇਰੇ ਅਨੁਸਾਰ, ਕਹਿੰਦੇ ਸਿੱਖ ਉਹ ਵੇ ਜਿਹਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਅਤੇ ਸਿੰਘ ਉਹ ਵੇ ਜਿਹਦੀ ਪਰਿਭਾਸ਼ਾ ਗੁਰੂ ਗੋਬਿੰਦ ਸਿੰਘ ਨੇ ਨਿਰਧਾਰਿਤ ਕੀਤੀ ਹੈ। ਕਿਉਂਕਿ ਅਸੀਂ ਕੋਸ਼ ਵਿੱਚ ਅਰਥ ਪੜ੍ਹਾਂਗੇ, ਇਸ ਕਰਕੇ ਮੈਂ ਬੇਨਤੀ ਕਰਾਂਗਾ, ਪਹਿਲਾ ਸ਼ਬਦ ਸਿੱਖ, ਇਹਦਾ ਗੁਰੂ ਅਮਰਦਾਸ ਜੀ ਨੇ ਬੜੀ ਵਰਤੋਂ ਕੀਤੀ ਜੀ ਪਹਿਲਾਂ ਇਹਦੀ, ਹਾਲਾਂਕਿ ਇਸ ਸ਼ਬਦ ਨੂੰ ਦੂਜੇ ਅਰਥਾਂ 'ਚ ਗੁਰੂ ਨਾਨਕ ਸਾਹਿਬ ਨੇ ਵਰਤਿਆ। ਮਤ ਵਿੱਚ ਵਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ, ਉੱਥੇ ਸਿੱਖ ਦਾ ਲਫਜ਼ੀ ਅਰਥ ਸਿੱਖਿਆ ਕਮਾਉਣ ਵਾਲਾ ਨਹੀਂ, ਉੱਥੇ ਸਿੱਖ ਦਾ ਅਰਥ ਹੈ ਸਿੱਖਿਆ, ਤਲੀਮ, ਇੱਕ ਹੈ ਤਲੀਮ ਹਾਸਿਲ ਕਰਨਾ, ਇੱਕ ਹੈ ਤਲੀਮ, ਉੱਥੇ ਸਿੱਖ ਦਾ ਅਰਥ ਹੈ ਸਿੱਖਿਆ, ਜਿਹਨੂੰ ਆਪਾਂ ਕੋਈ ਸਿੱਖ ਲੈ। ਹੁਣ ਉਸ ਤੋਂ ਬਾਅਦ ਇਸ ਸਿੱਖ ਸ਼ਬਦ ਦੀ ਵਰਤੋਂ ਧੰਨ ਗੁਰੂ ਅਮਰਦਾਸ ਜੀ ਨੇ ਬਹੁਤ ਕੀਤੀ। ਥੋੜ੍ਹਾ ਜਿਹਾ ਇਸ ਬੇਨਤੀ ਸੁਣੋ, ਪਹਿਲਾਂ ਮੈਂ ਬਾਣੀ 'ਚੋਂ ਬੇਨਤੀ ਕਰਨੀ, ਅਤੇ ਮੇਰਾ ਮਕਸਦ ਵੀ ਇਹ ਵੇ ਕਿ ਗੁਰਮੁਖੋ ਮੈਂ ਕਈ ਸਾਲ ਹੋ ਗਏ ਨੇ ਤੁਹਾਡੇ ਕੋਲ ਆਉਂਦਿਆਂ, ਅਤੇ ਅੱਜ ਚੰਗਾ ਤੁਸੀਂ ਆ ਗਏ, ਕੋਈ ਸਰੀਰ ਆਇਓ ਮੈਨੂੰ। ਮੈਂ ਅੱਗੇ ਕਿਹਾ ਮੈਂ ਜੇ ਨਾ ਆਇਓ ਨਾ ਕਹਿਣਾ ਕਥਾ ਕਰਨ ਗਿਆ, ਕੋਈ ਨਹੀਂ ਸੀ ਆਇਆ। ਤੁਹਾਡਾ ਧੰਨਵਾਦ ਵੀ ਤੁਸੀਂ ਆਇਓ, ਸੱਚੀ ਲਓ, ਕਿਉਂਕਿ ਸਾਨੂੰ ਪਤਾ ਨਾ ਵੀ ਚੱਲਦੇ ਫਿਰਦੇ ਮੋਬਾਈਲ ਨੇ ਸਾਡੇ ਪ੍ਰਚਾਰਕ, ਅਤੇ ਉਹਨਾਂ ਪੁੱਛ ਲੈਣਾ ਸੀ ਅੱਜ ਇਹ ਸੰਗਤ ਹੈ ਸੀ ਕਿ ਨਹੀਂ ਸੀ ਹੈਗੀ। ਇਸ ਕਰਕੇ ਮੇਰੀ ਬੇਨਤੀ ਹੈ ਕਿ ਦੇਖੋ ਸਿੱਖ ਸ਼ਬਦ ਆਪਾਂ ਜਿੰਨੇ ਹਾਂ ਕਿ ਆਪਾਂ ਸਾਰੇ ਸਹਿਜ ਪਾਠ ਕਰਨੇ ਆ, ਜੇ ਤਾਂ ਤੁਸੀਂ ਕਰਦੇ ਹੋ, ਆਪਾਂ ਸਾਰੇ ਇਹ ਨਹੀਂ ਕਿਸੇ ਮੈਂ ਦੋਸ਼ ਕਰ ਰਹੇ ਹਾਂ,
ਫਿਰ ਸੱਚੀ ਮੁੱਚੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਜੇ ਅਸੀਂ ਪੰਜਾਬੀ ਪੜ੍ਹਨ ਦੇ ਬਾਵਜੂਦ ਵੀ ਸਹਿਜ ਪਾਠ ਨਾ ਕਰਦੇ, ਅਸੀਂ ਪ੍ਰਚਾਰਕਾਂ ਦੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ। ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗਾਂਗੇ ਨਾ, ਗੁਰੂ ਦੇ ਅੱਖਰ ਅੱਖਰ ਵਿੱਚੋਂ ਰੋਸ਼ਨੀ ਹੈ, ਗੁਰੂ ਤਾਂ ਗੁਰੂ ਦੇ ਲਫ਼ਜ਼ੀ ਅਰਥ ਹੀ ਚਾਨਣ ਨੇ, ਫਿਰ ਦੇਖੋ ਸ਼ਬਦ ਆਪਣੇ ਆਪ 'ਚ ਕਿੰਨਾ ਕੁ ਟਿਕਾ ਦਿੰਦਾ ਹੈ। ਮੈਂ ਫਿਰ ਅਰਜ਼ ਕਰਾਂ, ਗੁਰੂ ਅਮਰਦਾਸ ਜੀ ਨੇ ਸ਼ਬਦ ਦੀ ਵਰਤੋਂ ਕੀਤੀ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਸੋ ਸਿੱਖ ਸਖਾ ਬੰਧ ਭੈ ਭਾਈ। ਪਹਿਲੀ ਪਰਿਭਾਸ਼ਾ ਉਹਨਾਂ ਦਿੱਤੀ ਸਿੱਖ ਕੌਣ ਹੈ, ਸੋ ਸਿੱਖ ਸਖਾ ਬੰਧ ਭੈ ਭਾਈ। ਜੇ ਗੁਰ ਕੇ ਭਾਣੇ ਵਿਚਾਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਪਹਿਲੀ ਪਰਿਭਾਸ਼ਾ ਮੈਂ ਭੁੱਲਾਂ ਨਾ ਅਤੇ ਇਹ ਵਰਤੀ, ਕਹਿੰਦੇ ਸਿੱਖ ਵੀ ਹੋਵੇ, ਮੇਰਾ ਰਿਸ਼ਤੇਦਾਰ ਵੀ ਹੋਵੇ, ਮੇਰਾ ਭਰਾ ਵੀ ਹੋਵੇ, ਮੇਰੇ ਨਾਲ ਖੂਨ ਤੋਂ ਵੱਧ ਉਹਦਾ ਰਿਸ਼ਤਾ ਹੈ ਜਿਹੜਾ ਸਿੱਖ ਗੁਰੂ ਦੇ ਭਾਣੇ 'ਚ ਗੁਰੂ ਦੀ ਰਜ਼ਾ 'ਚ ਹੁੰਦਾ ਹੈ, ਅਤੇ ਜਿਹੜਾ ਬੰਦਾ ਆਪਣੇ ਭਾਣੇ ਚੱਲਦਾ, ਆਪਣੀ ਮਰਜ਼ੀ ਚੱਲਦਾ, ਉਹ ਗੁਰੂ ਤੋਂ ਵਿਛੜ ਕੇ ਸਾਰੀ ਜ਼ਿੰਦਗੀ ਧੱਕੇ ਹੀ ਖਾਂਦਾ ਹੈ। ਦੇਖੋ ਦੋ ਤੁਕਾਂ 'ਚ ਕਹਿ ਦਿੱਤਾ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਸ ਤੋਂ ਬਾਅਦ ਮੈਂ ਤਰਤੀਬ ਅਨੁਸਾਰ ਆਉਣਾ, ਉਂਝ ਤਾਂ ਸੱਚੀ ਤੁਹਾਨੂੰ ਦੱਸਾਂ, ਹੋਰ ਨਾ ਜੇ ਕਿਸੇ ਦੇ ਅੰਦਰ ਇਹ ਚਾਹ ਹੈ ਨਾ, ਇੱਕ ਹੁੰਦਾ ਅਸੀਂ ਕਥਾ ਕਰਨੇ ਹਾਂ ਪੜ੍ਹਨੇ ਨੌਲੇਜ ਵਾਸਤੇ ਵੀ ਸੰਗਤ ਨੂੰ ਸੁਣਾਉਣਾ, ਇੱਕ ਹੁੰਦਾ ਜਿਹੜੇ ਕਥਾ ਨਹੀਂ ਕਰਦੇ ਆਪਣੇ ਜੀਵਨ ਕਮਾਉਣ ਨੂੰ ਪੜ੍ਹਦੇ। ਸ਼ਾਇਦ ਅੱਜ ਕੱਲ੍ਹ ਉਹ ਕਿਤਾਬ ਮਿਲ ਜਾਏ ਨੈੱਟ 'ਤੇ ਹੋਵੇਗੀ, ਸਿੱਖੀ ਕੀ ਹੈ। ਸਿੱਖੀ ਕੀ ਹੈ, ਇਹ ਹੈ ਆਪਣੇ ਭਾਈ ਜੋਧ ਸਿੰਘ ਹੋਣਾ ਦੀ, ਡਾਕਟਰ ਭਾਈ ਜੋਧ ਸਿੰਘ, ਚਲੋ ਕਹਿੰਦੇ ਆ ਵਾਈਸ ਚਾਂਸਲਰ ਨੇ ਜਿਹੜੇ, ਉਹਨਾਂ ਦੀ ਕਿਤਾਬ ਹੈ ਗੁਰਸਿੱਖੀ ਕੀ ਹੈ, ਸਿੱਖੀ ਕੀ ਹੈ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਵਿੱਚੋਂ ਮੰਥਨ ਕੱਢ ਕੇ ਨਾ ਕੁਝ ਪੌੜੀਆਂ ਦਰਜ ਕਰ ਦਿੱਤੀਆਂ, ਸਿੱਖ ਦਾ ਜੀਵਨ ਕੀ ਹੈ, ਸਿੱਖ ਲਈ ਗੁਰੂ ਕੀ ਹੈ, ਸਿੱਖ ਲਈ ਪੂਜਾ ਦਾ ਧਾਨ ਕੀ ਹੈ, ਸਿੱਖ ਨਿੰਦਿਆ ਦੇ ਨੇੜੇ ਕਿਉਂ ਨਹੀਂ ਜਾਂਦਾ, ਸਿੱਖ ਪਰਾਏ ਤਨ ਦੇ। ਉਹ ਛੋਟੀ ਜਿਹੀ ਕਿਤਾਬ ਹੈ ਪਲੀਜ਼ ਜੀਵਨ ਕਮਾਉਣ ਵਾਸਤੇ, ਕਿਉਂਕਿ ਭਾਈ ਗੁਰਦਾਸ ਸਾਹਿਬ ਗੁਰੂ ਸਮਕਾਲੀ ਨੇ, ਸਾਡੇ 'ਚ ਉਹਨਾਂ ਦਾ ਬੜਾ, ਸਿੱਖੀ 'ਚ ਬਹੁਤ ਵੱਡੀ ਉਹਨਾਂ ਦੀ ਥਾਂ ਹੈ ਭਾਈ ਗੁਰਦਾਸ ਸਾਹਿਬ ਜੀ ਦੀ। ਉਹਨਾਂ ਨੇ ਵੀ ਉਸ ਕਿਤਾਬ ਦੇ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ। ਭਾਈ ਗੁਰਦਾਸ ਉਹ ਵਿਆਖਿਆ ਨਹੀਂ, ਸਿਰ ਪ੍ਰਮਾਣ ਨੇ ਜੀ, ਸਿੱਖੀ ਕੀ ਹੈ, ਸਿੱਖੇ ਨੇ ਕੀ ਕੀਤਾ, ਸਿੱਖੀ ਦਾ ਜੀਵਨ ਕੀ ਹੈ, ਸਿੱਖੀ ਦਾ ਬੋਲ ਕੀ ਹੈ, ਸਿੱਖੀ ਦਾ ਕਰੈਕਟਰ ਕੀ ਹੈ। ਇਸ ਵਿੱਚ ਮੈਂ ਬੇਨਤੀ ਕਰਾਂਗਾ, ਗੁਰੂ ਅਮਰਦਾਸ ਜੀ ਨੇ ਸਿੱਖ ਸ਼ਬਦ ਜਿਹੜਾ ਵਰਤਿਆ ਉਹ ਅਸਲ 'ਚ ਹੈ ਆਨੰਦ ਸਾਹਿਬ 'ਚ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਇੱਥੇ ਸ਼ਬਦ ਵਰਤਿਆ। ਦੇਖੋ ਇਹ 'ਚ ਹੁਣ ਧਿਆਨ ਨਾਲ ਪੜ੍ਹਿਓ, ਤਿੰਨ ਸ਼ਬਦ ਇਹ 'ਚ ਨੋਟ ਕਰਨ ਵਾਲੇ ਨੇ ਕਿ ਜਿਹੜਾ ਸਿੱਖ ਗੁਰੂ ਜੀ ਦੇ ਸਨਮੁਖ ਹੋਵੇ, ਜੇਕਰ ਕੋਈ, ਉਹਦੀ ਡੈਫੀਨੇਸ਼ਨ ਕੀ ਹੈ। ਸਨਮੁਖ ਦੀ ਅਰਥ ਲਫ਼ਜ਼ੀ ਅਰਥ ਨੇ ਜਿਹੜਾ ਮੁੱਖ ਦੇ ਸਾਹਮਣੇ ਬੈਠਾ, ਆਪਾਂ ਕਹਿੰਦੇ ਵੀ ਸਨਮੁਖ ਬੈਠਾ, ਜਿਹਨੂੰ ਸਾਹਮਣੇ ਕਹਿ ਲਓ, ਸਾਹਮਣੇ ਬੈਠਾ। ਅਤੇ ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲ। ਪਹਿਲਾ ਸ਼ਬਦ ਇਹ ਕਿਹਾ ਕਿ ਸਿੱਖ ਸਨਮੁਖ ਉਹ ਹੈ ਜਿਹੜਾ ਸਰੀਰਕ ਤੌਰ 'ਤੇ ਨਹੀਂ, ਜਿਹੜਾ ਆਪਣੀ ਜਿੰਦ ਤੋਂ ਗੁਰੂ ਦੇ ਨਾਲ ਰਹਿੰਦਾ ਹੈ। ਜਿੰਦ ਤੋਂ ਗੁਰੂ ਨਾਲ ਰਹਿਣਾ, ਉਂਝ ਸਤਿਗੁਰੂ ਸਾਂਭਦੇ ਵੀ ਜਿੰਦ ਨੂੰ ਨੇ, ਸਰੀਰ ਨੂੰ ਤਾਂ ਸਾਂਭਦੇ ਨੇ, ਆਤਮਾ ਨੂੰ ਸਾਂਭਦੇ ਆ, ਕਿਉਂਕਿ ਹੁਣ ਸਰੀਰ ਹੈ। ਜਦੋਂ ਬੱਚੇ ਸਾਂ ਮਾਪਿਆਂ ਸਾਂਭ ਲਿਆ, ਵੱਡੇ ਹੋਏ ਸਾਨੂੰ ਸਮਾਜ ਨੇ ਬਹੁਤ ਕੁਝ ਸਿਖਾਇਆ, ਹੁਣ ਅਸੀਂ ਇਹ ਸਰੀਰ ਲੈ ਕੇ ਤੁਰੇ ਫਿਰਨੇ ਹਾਂ। ਪਰ ਸਭ ਨੂੰ ਇੱਕੋ ਸੰਸਾ ਹੈ ਕਿ ਜਿੱਦਣ ਇਹ ਸਰੀਰ ਛੁੱਟ ਗਿਆ ਫਿਰ ਕੀ ਬਣੇਗਾ। ਸਾਡਾ ਮਤਲਬ ਇਹਦੇ ਛੁੱਟਣ ਤੋਂ ਬਾਅਦ ਸਾਡਾ ਕੁਝ ਹੋਰ ਹੈ,
ਸਾਰੇ ਅਸੀਂ ਕਹਿੰਦੇ ਹਾਂ ਮੇਰਾ ਮਰਨਾ ਸੌਰਜ ਹੈ, ਮੇਰਾ ਅੱਗਾ ਸੌਰਜ ਹੈ। ਮੈਂ ਬੇਨਤੀ ਕਰਾਂਗਾ, ਜੀਓ ਨੂੰ ਸਰੀਰ ਨਹੀਂ ਸਾਂਭਦਾ ਹੁੰਦਾ, ਜੀਓ ਕਰਕੇ ਸਰੀਰ ਹੈ, ਸਰੀਰ ਚਲੋ ਠੀਕ ਹੈ, ਸੰਬੰਧ ਹੈ ਦੋਨਾਂ ਦਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਆ ਜੀਓ ਟਿਕਾਇਆ ਅਤੇ ਸਵਾਸਾਂ ਦਾ ਵਾਜਾ ਵਜਾ ਦਿੱਤਾ। ਪਰ ਜਿਸ ਦਿਨ ਇਹ ਸਰੀਰ ਛੱਡਾਂਗੇ ਫਿਰ ਜੀਓ ਨੂੰ ਕੌਣ ਸਾਂਭੇਗਾ? ਮਹਾਰਾਜ ਕਹਿੰਦੇ ਜਾਂ ਤਾਂ ਭਟਕੂਗਾ ਅਤੇ ਜਾਂ ਫਿਰ ਜੀਓ ਨੂੰ ਸਿਰਫ ਗੁਰੂ ਸਾਂਭਦਾ ਹੁੰਦਾ ਹੈ, ਉਸ ਤੋਂ ਬਿਨਾਂ ਕੋਈ ਨਹੀਂ। ਤੁਸੀਂ ਪਾਠ ਕਰਦੇ ਹੋ ਸਤਿਗੁਰ ਸਿੱਖ ਕਾ ਖਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਪਿਆਰਿਓ, ਜਿੰਦ ਨਾਲ ਜੀਓ ਨਾਲ ਸੰਭਾਲਣਾ। ਇੱਥੇ ਜੀਓ ਨਾਲ ਕਿਹੜਾ ਸੰਭਾਲਦਾ ਜੀ, ਜਿੰਦ ਨਾਲ ਸੰਭਾਲਣਾ। ਮਹਾਰਾਜ ਦਾ ਇੱਕ ਬਚਨ ਹੈ ਆਪਾਂ ਪੜ੍ਹਦੇ ਹਾਂ, ਸਿਮਰੋ ਸਿਮਰ ਸਿਮਰ ਸੁਖ ਪਾਉ, ਸਾਹ ਸਾਹ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਮੇਰੀ ਅਰਜ਼ ਹੈ ਜੇ ਗੁਰੂ ਜੀ ਨਾਲੇ ਰਹਿੰਦੇ ਆ ਤੇ ਧੰਨ। ਗੁਰੂ ਅਮਰਦਾਸ ਕਹਿੰਦੇ ਤੂੰ ਆਪਣੀ ਜਿੰਦ ਨੂੰ ਗੁਰੂ ਨਾਲ ਕਿਉਂ ਨਹੀਂ ਰੱਖਦਾ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਪਹਿਲੀ ਬੇਨਤੀ ਸੁਣਿਓ, ਜੀਓ ਪਹਿਲਾ ਪੁਆਇੰਟ, ਜਿੰਦ ਕਰਕੇ ਗੁਰੂ ਨਾਲ, ਅੰਦਰੋਂ ਗੁਰੂ ਨਾਲ। ਅਗਲਾ ਜੀ, ਗੁਰ ਕੇ ਚਰਨ ਹਿਰਦੇ ਧਿਆਏ, ਦੂਜਾ ਪੁਆਇੰਟ ਕਿ ਗੁਰੂ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਏ। ਫਿਰ ਅਰਜ ਹੈ, ਚਰਨ ਕੀ ਨੇ? ਚਰਨ ਗੁਰੂ ਜੀ ਦਾ ਸ਼ਬਦ ਨੇ, ਗੁਰੂ ਕਾ ਨਾਮ ਹੈ, ਗੁਣੂ ਕੀ ਬਾਣੀ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਤਿੰਨ ਗੱਲਾਂ ਹੋ ਗਈਆਂ ਜੀ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ, ਅਤੇ ਚੌਥੀ ਆਪ ਛੱਡ ਸਦਾ ਰਹਿ ਪਰਨੇ। ਚਾਰ ਬਾਤਾਂ ਨੇ ਜੀ, ਜਿਉਂ ਹਿਰਦੇ ਅਤੇ ਉਹਦੇ ਪਰਨੇ, ਬਾਕੀ ਛੱਡਦੇ। ਆਪ ਛੱਡ ਹਉਮੈ ਛੱਡਦਾ, ਆਪ ਛੱਡ ਸਦਾ ਰਹਿ ਪਰਨੇ, ਗੁਰਬਿਨ ਅਵਰ ਨਾ ਜਾਣੇ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਸੰਤ ਜਨੋ, ਜਿਹਦੇ 'ਚ ਆ ਚਾਰ ਗੁਣ ਨੇ ਨਾ ਅਧਿਆਤਮਕ, ਜਿਹੜਾ ਆਹ ਚਾਰ ਗੁਣਾ ਕਰਕੇ ਸਪਿਰਿਚੁਅਲ ਹੈ, ਉਹ ਸਤਿਗੁਰਾਂ ਦਾ ਸਨਮੁਖ ਸਿੱਖ ਹੈ। ਉਹ ਭਾਵੇਂ ਟਰੱਕ 'ਤੇ ਬੈਠਾ, ਉਹ ਭਾਵੇਂ ਖੇਤਾਂ 'ਚ ਬੈਠਾ, ਉਹ ਭਾਵੇਂ ਘਰ ਬੈਠਾ, ਜਿਹਦੇ ਅੰਦਰ ਚਾਰ ਬਖਸ਼ਾਂ ਆ ਗਈਆਂ, ਉਹ ਸਤਿਗੁਰੂ ਕੇ ਸਨਮੁਖ ਹੈ, ਗੁਰੂ ਦੇ ਸਨਮੁਖ ਹੈ। ਹੁਣ ਇਸ ਤੋਂ ਅੱਗੇ ਥੋੜ੍ਹਾ ਚੱਲੀਏ, ਆਪਾਂ ਬਾਣੀ 'ਚੋਂ ਜੇ ਲੈ ਰਹੇ ਹਾਂ। ਉਂਝ ਉਸ ਵੇਲੇ ਸਿੱਖੀ ਸ਼ਬਦ ਦਾ ਬੜਾ ਪ੍ਰਚਾਰ ਹੋ ਚੁੱਕਾ ਸੀ। ਮੈਂ ਆਪ ਨੂੰ ਪਿਛਲੇ ਸਾਲ ਹੀ ਕਰਜ਼ ਕੀਤੀ ਸੀ, ਜਿਹੜਾ ਵੈਸਾਖੀ ਦਾ ਦਿਨ ਆਪਾਂ 1699 ਦਾ ਕਹਿੰਦੇ ਹਾਂ, ਅਸਲ 'ਚ ਇਹਦੀ ਸ਼ੁਰੂਆਤ, ਉਂਝ ਵੈਸੇ ਮੈਂ ਇੱਕ ਵਾਰ ਕਿਹਾ ਸੀ ਵੈਸਾਖ ਨਾਲ ਬੜਾ ਸੰਬੰਧ ਹੈ ਸਿੱਖਾਂ ਦਾ। ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਤੋਂ ਉਦਾਸੀ ਸ਼ੁਰੂ ਕੀਤੀ, ਉਸ ਦਿਨ ਵੀ ਵੈਸਾਖ ਦੀ ਸੰਕ੍ਰਾਂਤ ਸੀ, ਜਿੱਦਣ ਪਹਿਲੀ ਉਦਾਸੀ ਸ਼ੁਰੂ ਕੀਤੀ। ਜਿਸ ਦਿਨ ਗੋਇੰਦਵਾਲ ਸਾਹਿਬ ਦੀ ਬੌਲੀ ਦਾ ਟੱਪ ਲਾਇਆ ਗੁਰੂ ਅਮਰਦਾਸ ਜੀ ਨੇ, ਉਸ ਦਿਨ ਵੀ ਵੈਸਾਖੀ ਸੀ। ਬੜੇ ਹੋਰ ਉਹ ਘਟਨਾਵਾਂ ਜੁੜੀਆਂ ਨੇ। ਇੱਥੇ ਗੁਰੂ ਅਮਰਦਾਸ ਦੇ ਚਰਨਾਂ 'ਚ ਇੱਕ ਸਿੱਖ ਆਉਂਦਾ ਸੀ ਸੁਲਤਾਨਪੁਰ ਦੇ ਨੇੜੇ, ਜਿਹੜਾ ਪਿੰਡ ਡੱਲਾ ਹੈ। ਪਿੰਡ ਡੱਲੇ ਦੇ ਤਕਰੀਬਨ 72 ਬ੍ਰਹਮ ਗਿਆਨੀ ਹੋਏ ਨੇ ਗੁਰੂ ਅਮਰਦਾਸ ਜੀ ਦੇ ਵੇਲੇ, ਜਿਹੜੇ ਉਸ ਇਲਾਕੇ ਦੇ, ਉਹਨਾਂ ਨੂੰ ਪਤਾ ਹੋਣਾ ਦੁਆਬੇ 'ਚ 72 ਬ੍ਰਹਮ ਗਿਆਨੀ ਉਸ ਵੇਲੇ ਗੁਰੂ ਅਮਰਦਾਸ। ਗੁਰੂ ਅਮਰਦਾਸ ਜੀ ਨੇ ਡੱਲਾ ਰਤਨਾਂ ਦੀ ਖਾਨ ਕਿਹਾ ਸੀ, ਇੱਕ ਦੋ ਇੱਕ ਚੜ੍ਹਾਉਂਦੀਆਂ ਸਨ। ਇੱਥੋਂ ਦਾ ਇੱਕ ਸਿੱਖ ਹੋਇਆ ਭਾਈ ਪਾਰੋ। ਥੋੜ੍ਹੀ ਜਿਹੀ ਮੈਂ ਬੇਨਤੀ ਕਰਨੀ, ਸਿੱਖੀ ਅੱਜ ਸੱਚੀ ਲਓ, ਹਰ ਬੰਦਾ ਗੁਰੂ ਹੀ ਬਣਨਾ ਚਾਹੁੰਦਾ, ਸਿੱਖ ਨਹੀਂ। ਇੱਕ ਦਿਨ ਇੱਕ ਮਹਾਂਪੁਰਖ ਕਥਾ ਕਰ ਰਹੇ ਸਨ, ਕਹਿੰਦੇ ਇੱਕ ਚੇਲਾ ਗਿਆ ਉਹ ਕਿਸੇ ਗੁਰੂ ਕੋਲ ਗਿਆ, ਅਤੇ ਪਹਿਲੇ ਦਿਨ ਪੁੱਛ ਕੇ ਕਹਿੰਦਾ, ਬਾਬਾ ਜੀ ਗੁਰੂ ਬਡੋ ਕੇ ਚੇਲਾ, ਗੁਰੂ ਬਡੋ ਕੇ ਚੇਲੋ।
ਉਹ ਕਹਿੰਦਾ ਪੁੱਤਰ ਵੱਡਾ ਤੇ ਗੁਰੂ ਹੀ ਹੁੰਦਾ, ਕਹਿੰਦਾ ਫਿਰ ਚੇਲਾ ਛੱਡੋ ਗੁਰੂ ਹੀ ਬਣਾਓ ਸਿੱਧਾ। ਅੱਜ ਇਹ ਹਾਲਤ ਹੈ ਨਾ, ਗੁਰੂ ਵੱਡੋ ਕੇ ਚੇਲੋ। ਅੱਜ ਸੱਚੀ ਲੋ ਫੀਲਿੰਗ ਸਾਰੇ ਗੁਰੂ ਵਾਲੀ ਲੈਂਦੇ ਨੇ, ਮੈਨੂੰ ਬਖਸ਼ ਦਿਆ ਜੇ। ਚਾਹੇ ਕੋਈ ਸੰਤੇ ਚਾਹੇ ਕੋਈ ਮੰਤੇ ਪ੍ਰਚਾਰਕ, ਬਚਨ 100 ਛੱਡ ਦਿੱਤੇ, 100 ਚੋਂ 50 ਤਾਂ ਬੱਕੇ ਹੋਣੇ ਹੀ ਹੋਣੇ ਨੇ, 50 ਨਾ ਹੁਣ 10-12 ਹੋਣਗੇ, ਉਦੋਂ ਬਾਅਦ ਫਿਰ ਜਿਹਦੇ ਪੂਰੇ ਹੋ ਗਏ ਉਹਨਾਂ ਲਈ ਗੁਰੂ। ਉੱਥੇ ਭਾਈ ਪਾਰੋ ਉਹ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਗਏ। ਧੰਨ ਗੁਰੂ ਅੰਗਦ ਸਾਹਿਬ ਨੂੰ ਸਵਾਲ ਕੀਤਾ ਸੀ, ਪਰਮਹੰਸ ਕਿਸ ਨੂੰ ਕਹਿੰਦੇ? ਮਹਾਰਾਜ ਨੇ ਚਲੋ ਸਮਝਾਇਆ ਮੈਂ ਉੱਧਰ ਨਹੀਂ ਜਾਣਾ। ਜਦੋਂ ਤੁਰ ਲੱਗਾ ਤਾਂ ਮਹਾਰਾਜ ਨੇ ਇੰਨੇ ਪੁੱਛਿਆ ਤੂੰ ਆਇਆ ਕਿੱਥੋਂ ਹੈ? ਕਹਿੰਦਾ ਮਹਾਰਾਜ ਪਾਰੋਂ ਆਇਆ। ਪਾਰੋਂ ਦਾ ਦੂਜਾ ਹੋ ਗਿਆ ਨਾ, ਕਿਉਂਕਿ ਖਡੂਰ ਸਾਹਿਬ ਬੈਠੇ ਹੋ ਅਤੇ ਪਾਰੋਂ ਦਾ ਮਤਲਬ ਸੁਲਤਾਨ ਵਾਲੇ ਪੁਰ ਪਾਸੇ ਬਿਆਸ ਦਰਿਆ ਟੱਪ ਕੇ ਆਇਆ। ਕਹਿੰਦੇ ਮਹਾਰਾਜ ਪਾਰੋਂ ਆਇਆ। ਸਤਿਗੁਰੂ ਹੱਸ ਕਹਿੰਦੇ ਤੇਰਾ ਨਾਂ ਨਹੀਂ ਪੁੱਛਿਆ? ਕਹਿੰਦੇ ਨਾਂ ਮੇਰਾ ਪਾਰੋ। ਕਹਿੰਦੇ ਪਾਰੋ ਤੂੰ ਪਾਰੋਂ ਆਇਆ? ਅਤੇ ਗੋਇੰਦਵਾਲ ਸਾਹਿਬ ਵਾਲੇ ਦੀ ਹਾਜ਼ਰੀ ਭਰਦਾ ਰਹੀ, ਇੱਕ ਦਿਨ ਭਵ ਸਾਗਰ ਪਾਰ ਹੋ ਜਾਏਗਾ। ਉਹੀ ਭਾਈ ਪਾਰੋ ਨੇਮ ਨਾਲ ਹੁੰਦਾ ਸੀ ਗੁਰੂ ਅੰਗਦ, ਗੁਰੂ ਅਮਰਦਾਸ ਦੇ ਚਰਨਾਂ 'ਚ। ਅਤੇ ਮਹਾਰਾਜ ਉਹਨੇ ਬੇਨਤੀ ਕੀਤੀ ਸੀ, ਸਤਿਗੁਰੂ ਸਿੱਖੀ ਬਹੁਤ ਦੂਰ ਤੱਕ ਫੈਲੀ, ਤੁਸੀਂ ਹੁਕਮਨਾਮੇ ਪੜ੍ਹੋ ਪਿਆਰਿਓ, ਕਾਬਲ ਦੇ, ਕੰਧਾਰ ਦੇ, ਬੰਗਾਲ ਦੇ, ਇੱਥੇ ਤਾਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਸਥਾਪਨ ਸੋ। ਉਹਨੇ ਕਿਹਾ ਮਹਾਰਾਜ ਇਹ ਕਿਰਪਾ ਕਰੋ, ਸਿੱਖ ਸਾਲ ਵਿੱਚ 2 ਵਾਰ ਆਪਸ 'ਚ ਮਿਲਣ ਕਰਨ, 6 ਮਹੀਨਿਆਂ ਬਾਅਦ ਸਾਰੀ ਸੰਗਤ ਬੁਲਾਇਆ ਕਰੋ। ਗੁਰਮੁਖੋ ਉਸ ਵਕਤ 2 ਜੋੜ ਮੇਲੇ ਸ਼ੁਰੂ ਕੀਤੇ ਗਏ, ਮੇਲਾ ਨਹੀਂ। ਅੱਜ ਕਿਸੇ ਨੂੰ ਕਹੋ ਆਪਣੀ ਬੇਇੱਜ਼ਤੀ ਕਰਾਉਣੀ, ਵੈਸੇ ਤੁਸੀਂ ਕਹਿ ਕਿਸੇ ਨੂੰ ਕਹਿ ਨਹੀਂ ਸਕਦੇ ਤੁਸੀਂ, ਅੱਜ ਅਸੀਂ ਮੇਲੇ ਬਣਾ ਚੁੱਕੇ ਹਾਂ। ਅੰਦਰ ਕੀਰਤਨ ਹੁੰਦਾ, ਬਾਹਰ ਜੋਟੀਆਂ ਬਣਾ ਖਲੋਤੇ ਹੁੰਦੇ ਹੈ, ਇਸ਼ਤਿਹਾਰਾਂ 'ਤੇ ਲਿਖਿਆ ਹੁੰਦਾ ਗੁਰਮਤਿ ਸਮਾਗਮ ਹੋਵੇਗਾ। ਆਹ ਕੱਲ੍ਹ ਭਾਈ ਸਾਹਿਬ ਬੈਠੇ ਤੁੰਗ ਸਾਹਿਬ, ਮੇਰੇ ਮਨ 'ਚ ਆਇਆ ਵੀ ਸਾਰੇ ਹੀ ਕਹਿੰਦੇ, ਮੈਂ ਵੀ ਕਹਿਣਾ ਇੱਕ ਜੋਤ ਦੂਈ ਮੂਰਤੀ ਧਨ ਫਿਰ ਕੀ ਹੈ ਸੋਏ, ਵਿਆਹ ਵੇਲੇ ਕਹਿੰਦੇ ਆ ਨਾ ਤੁਸੀਂ ਅਸਲੀ ਸੁਹਾਗਣ ਹੋ ਜੇ ਇੱਕ ਜੋਤ ਹੋ ਅਤੇ 2 ਮੂਰਤੀਆਂ ਹੋ। ਮੈਂ ਕਿਹਾ ਇੱਥੇ ਇੱਕ ਬੀਬੀ ਅਤੇ ਇੱਕ ਘਰ ਵਾਲਾ ਇੱਕ ਦੂਜੇ ਨੂੰ ਆਪਣੇ ਫੋਨ ਦਾ ਕੋਡ ਨੰਬਰ ਨਹੀਂ ਦਿੰਦੇ, ਇੱਕ ਜੋਤ ਦੂਈ ਮੂਰਤੀ ਕਿੱਥੇ ਹੈ? ਮੈਂ ਗੱਪ ਹੈ ਜੀ, ਤਕਰੀਬਨ 90% ਮੈਂ ਕਹਾਂਗਾ ਸਾਰੇ ਨੂੰ ਦਿੰਦੇ ਆ ਜੀ। ਇਹ ਤਾਂ ਅਕਾਊਂਟ ਇਕੱਠੇ ਨਹੀਂ ਕਰਦੇ, ਦਿਲ ਦੀ ਗੱਲ ਕੋਈ ਨਹੀਂ ਸਾਂਝੀ ਕਰਦਾ, ਸਿਰਫ ਪ੍ਰਚਾਰਕ ਮੈਂ ਕਹੀ ਜਾਂਦਾ ਇੱਕ ਦੋਈ ਮੂਰਤੀ ਨਹੀਂ ਪਿਆਰਿਓ, ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇੱਕ ਜੋਤ ਦੋਈ ਮੂਰਤੀ ਨੇ ਇੱਕ ਦੂਜੇ ਦੀਆਂ ਗੱਲਾਂ ਨੋਟ ਕਰ ਕਰਕੇ ਜਦੋਂ ਲੜਾਈ ਹੁੰਦੀ ਹੈ ਤਾਂ ਭੰਡਣਾ ਸ਼ੁਰੂ ਕਰ ਦਿੰਦੇ, ਇੱਕ ਜੋਤ ਦੋਈ ਮੂਰਤੀ ਥੋੜ੍ਹਾ। ਇਹ ਸਮਾਜ ਦੀ ਸੱਚਾਈ ਹੈ। ਹਜ਼ੂਰ ਨੇ ਫਿਰ 2 ਜੋੜ ਮੇਲੇ ਸ਼ੁਰੂ ਕੀਤੇ। ਜੋੜ ਮੇਲੇ ਦਾ ਅਰਥ ਹੈ ਕਿ ਜਿਸ ਇਕੱਠ ਵਿੱਚ ਜਾ ਕੇ ਬੰਦਾ ਗੁਰੂ ਨਾਲ ਜੁੜ ਸਕੇ। ਇੱਕ ਇਕੱਠ ਸ਼ੁਰੂ ਕੀਤਾ ਦੀਵਾਲੀ ਨੂੰ, ਮੇਰੀ ਪਲੀਜ਼ ਬੇਨਤੀ ਹੈ। ਹੁਣ ਸਿੰਘ ਸਾਡੇ ਕਹਿੰਦੇ ਦੀਵਾਲੀ ਨਹੀਂ ਅਸੀਂ ਮਨਾਉਂਦੇ, ਮੇਰੇ ਕੋਲ ਹੁਕਮਨਾਮੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਡਾਕਟਰ ਗੰਡਾ ਸਿੰਘ ਦੇ ਹੁਕਮਨਾਮੇ ਪੜ੍ਹਿਓ, ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ। ਅਸੀਂ ਕਿਉਂ ਉਸ ਚੀਜ਼ ਤੋਂ ਡਰੀ ਜਾ ਰਹੇ ਹਾਂ? ਗੁਰੂ ਘਰ ਦੀ ਆਪਣੀ ਰੀਤ ਹੈ, ਦੀਪਾਵਲੀ ਦਾ ਇਕੱਠ ਅਤੇ ਦੂਸਰਾ ਵਿਸਾਖੀ ਦਾ ਇਕੱਠ। ਇਹ ਧੰਨ ਗੁਰੂ ਅਮਰਦਾਸ ਜੀ ਨੇ, ਕਿਉਂਕਿ ਵਿਸਾਖੀ ਵੇਲੇ ਅਜੇ ਕਣਕ ਨਹੀਂ ਸੀ ਵੱਢੀ ਜਾਂਦੀ ਅਤੇ ਦੀਵਾਲੀ ਵੇਲੇ ਅਜੇ ਸਾਉਣੀ ਨਹੀਂ ਸਾਂ ਵੱਢਦੇ ਹੁੰਦੇ, ਤੁਹਾਨੂੰ ਪਤਾ ਹੋਣਾ ਉਦੋਂ ਬਾਅਦ ਹੀ ਤਕਰੀਬਨ ਵਾਢੀ ਪੈਂਦੀ ਹੁੰਦੀ ਸੀ, ਹੁਣ ਤਾਂ ਮੌਸਮ ਚੇਂਜ ਹੋ ਗਿਆ। ਇਹ 2 ਇਕੱਠ ਭਾਈ ਪਾਰੋ ਜੀ ਨੇ ਸ਼ੁਰੂ ਕੀਤੇ। ਉਹਨਾਂ ਬਾਰੇ ਕਿਹਾ ਜਾਂਦਾ ਘੋੜੀ 'ਤੇ ਚੜ੍ਹਦੇ ਸਨ, ਰੋਜ਼ਾਨਾ ਉੱਚੀ ਬੋਲ ਕੇ ਬਾਣੀ ਪੜ੍ਹਦੇ ਹੁੰਦੇ ਸਨ। ਭਾਈ ਪਾਰੋ ਜਿੱਧਰੋਂ ਲੰਘਦਾ ਸੀ ਪੰਛੀ ਪਿੱਛੇ ਉੱਡਦੇ ਸਨ, ਉਹ 'ਚ ਇੰਨੀ ਸਰੀਰ 'ਚ ਵਾਈਬ੍ਰੇਸ਼ਨ ਇੰਨੀ ਜ਼ਬਰਦਸਤ ਸੀ ਕਿ ਉਹ ਤੁਰੇ ਹੁੰਦੇ ਸਨ, ਕਿਉਂਕਿ ਰੱਬ ਦੇ ਜਿਹੜੇ ਬਣਾਏ ਬਾਕੀ ਜੀਵ ਨੇ ਉਹਨਾਂ ਨੇ ਨਹੀਂ ਆਪਣਾ ਸੁਭਾਅ ਬਦਲਿਆ, ਬੰਦਾ ਬਦਲ ਗਿਆ। ਇਹ ਬਹੁਤ ਅੱਗੇ ਨਿਕਲ ਗਿਆ। ਦਰਬਾਰ ਸਾਹਿਬ
ਜਾਂ ਤੁਸੀਂ ਕਦੀ ਦੇਖਿਓ, ਮੇਰਾ ਨਹੀਂ ਖਿਆਲ ਕਿਤੇ ਮਿਲ। ਰਾਤ ਨੂੰ ਤੁਸੀਂ ਜਿੰਨੇ ਮਰਜ਼ੀ ਦਾਣੇ ਬਾਹਰ ਪਾ ਦਿਓ, ਤੁਹਾਡੇ ਰੁੱਖ 'ਤੇ ਕਬੂਤਰ ਬੈਠਾ ਥੱਲੇ ਚੁੰਦਾ ਨਹੀਂ। ਕਦੀ ਚੁੰਦਾ ਦੇਖਿਆ ਹੈ? ਉਹਨੂੰ ਪਤਾ ਵੀ ਸ਼ਾਮ ਤੋਂ ਬਾਅਦ ਖਾਣਾ ਨਹੀਂ ਖਾਈਦਾ, ਬੰਦਾ ਰਾਤ ਨੂੰ 1 ਵਜੇ ਤੱਕ ਖਾਈ ਜਾਂਦਾ। ਕਦੀ ਤੁਸੀਂ ਦੇਖਿਓ ਦਰਬਾਰ ਸਾਹਿਬ ਚਿੜੀਆਂ ਨੇ, ਜਦੋਂ ਅਸੀਂ ਜਾਂਦੇ ਹਾਂ ਰਾਤ ਨੂੰ ਉੱਥੇ ਕਥਾ ਕਰਨੇ, ਮਨ ਹੁੰਦਾ ਵੀ ਰਾਤ ਨੂੰ ਪਰਿਕਰਮਾ ਕਰੋ, ਨਾਲੇ ਸਤਿਗੁਰੂ ਦੀ ਹਾਜ਼ਰੀ ਭਰੀ ਜਾਏ। ਕੋਈ ਚਿੜੀ ਇੰਨਾ ਰੌਲਾ ਪਾ ਲਓ, ਚਿੜੀ ਕੋਈ ਬੋਲਦੀ ਨਹੀਂ, ਚਿੱਟੇ ਹੋਈਆਂ ਪਈਆਂ ਬੇਰੀਆਂ ਥੱਲਿਓਂ ਉਹਨਾਂ ਦੇ ਖੰਭ, ਅਤੇ ਜਦੋਂ 2:30-3 ਵਜੇ ਜਾਈਦਾ ਫਿਰ ਸਾਰੀਆਂ ਬੋਲਦੀਆਂ ਹੁੰਦੀਆਂ ਨੇ। ਉਹੀ ਬੰਦੇ ਨੂੰ ਕਹਿੰਦੀਆਂ ਨੇ ਵੇਲੇ ਨਾਲ ਪੈ ਜਾ ਅਤੇ ਅੰਮ੍ਰਿਤ ਵੇਲਾ ਸਾਂਭਣ ਦੀ ਜਾਚ ਆ ਜਾਏਗੀ। ਤਾਂ ਹੀ ਗੁਰੂ ਜੀ ਨੇ ਕਿਹਾ ਚਿੜੀ ਚੌਕੀ ਪਹੁ ਫੁੱਟੀ ਵਗਣ ਬਹੁਤ ਤਰੰਗ। ਆ ਪੰਛੀਆਂ ਨੂੰ ਕਹਿ ਤੋ ਸਿੱਖ, ਦੂਜਾ ਕਿਹਾ ਬਾਬੀ ਆ ਅੰਮ੍ਰਿਤ ਵੇਲੇ ਬੋਲਿਆ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਉਹਨਾਂ ਦੇ ਪਿੱਛੇ ਪੰਛੀ ਉੱਡਦੇ ਸਨ। ਗੁਰੂ ਅਮਰਦਾਸ ਇੰਨੇ ਖੁਸ਼ ਹੋਏ, ਜਲੰਧਰ ਦਾ ਇੱਕ ਸੂਬੇਦਾਰ ਸੀ ਅੱਲਾ ਯਾਰ, ਮੈਂ ਸਾਖੀ ਜਾਣ ਬੁੱਝ ਕੇ ਲਈ ਪਲੀਜ਼। ਉਸ ਵਕਤ ਦਰਿਆ ਚੜਿਆ ਸੀ ਬਿਆਸ ਪੂਰੇ ਜ਼ੋਰਾਂ 'ਤੇ, ਉਹ ਕਿਨਾਰੇ ਬੈਠਾ। ਭਾਈ ਜੀ, ਭਾਈ ਸਾਹਿਬ ਆਏ, ਇਹਨਾਂ ਨੇ ਵੇਖਿਆ ਨਹੀਂ ਮੀਂਹ ਪੈ ਰਿਹਾ, ਵਗਦੇ ਦਰਿਆ ਦੇ ਵਿੱਚ ਐਂ ਚੜਿਆ ਦਰਿਆ, ਘੋੜੀ ਠੇਲ ਦਿੱਤੀ, ਘੋੜੀ 30ਵੀਂ ਸਿੱਧੀ ਨਹੀਂ 30ਵੀਂ ਚੀਰਦੀ ਹੋਈ ਰੁੜਦੀ ਅੱਗੇ ਜਾ ਗੋਇੰਦਵਾਲ ਲੱਗੀ, ਸੇਵਾ ਕੀਤੀ, ਵਾਪਸ ਆਏ। ਉਹਨੇ ਪੁੱਛ ਲਿਆ ਵੀ ਆਹ ਦਰਿਆ ਤੋਂ ਤੈਨੂੰ ਡਰ ਨਹੀਂ ਲੱਗਦਾ, ਤੂੰ ਕੌਣ? ਕਹਿੰਦਾ ਮੈਂ ਗੁਰੂ ਕਾ ਸਿੱਖ। ਕਹਿੰਦਾ ਵੀ ਇਹ ਦਰਿਆ ਤੋਂ ਤੈਨੂੰ ਡਰ ਨਹੀਂ ਲੱਗਾ? ਕਹਿੰਦਾ ਕਿਹੜਾ ਦਰਿਆ? ਕਹਿੰਦਾ ਬਿਆਸ। ਕਹਿੰਦਾ ਨਾ ਜਿਹੜਾ ਆਪ ਹੀ ਆਸ ਤੋਂ ਰਹੇ ਤੇ ਇਹਨੇ ਮੇਰਾ ਕੀ ਕਰਨਾ ਹੈ? ਬਿਆਸ ਹੈਂ? ਕਹਿੰਦਾ ਵੀ ਤੈਨੂੰ ਤੂੰ ਤਰ ਗਿਆ, ਤੈਨੂੰ ਡਰ ਨਹੀਂ? ਕਹਿੰਦਾ ਨਹੀਂ, ਜਿਹਦੇ ਚਰਨਾਂ ਨਾਲ ਮੈਂ ਜੁੜਿਆ ਨਾ ਉਹ ਭਾਵ ਸਾਗਰ ਤਾਰਦਾ ਹੈ। ਕਹਿੰਦਾ ਉਹ ਕੌਣ? ਉਹਨੇ ਗੁਰੂ ਅਮਰਦਾਸ। ਬਸ ਇੰਨੀ ਕੁ ਸੰਗਤ ਹੋਈ ਜੀ ਉਹਨਾਂ ਦੀ, ਉਸੇ ਮੁਸਲਮਾਨ ਨੂੰ ਆਪਣੇ ਨਾਲ ਬਿਠਾ ਕੇ ਭਾਈ ਸਾਹਿਬ ਗੁਰੂ ਅਮਰਦਾਸ ਦੇ ਚਰਨਾਂ 'ਚ ਲਏ। ਉਸ ਅੱਲਾ ਯਾਰ ਮੁਸਲਮਾਨ ਨੂੰ ਗੁਰੂ ਅਮਰਦਾਸ ਨੇ 22 ਮੰਜੀਆਂ 'ਚੋਂ ਇੱਕ ਮੰਜੀ ਦਿੱਤੀ ਸੀ, ਉਹ ਸਿੱਖੀ ਦਾ ਪ੍ਰਚਾਰ ਕਰਦਾ ਸੀ। ਮੈਂ ਅਰਜ਼ ਕਰਾਂ ਭਾਈ ਪਾਰੋ ਦਾ ਜੀਵਨ ਇੰਨਾ ਉੱਚਾ ਹੋਇਆ। ਗੁਰੂ ਅਮਰਦਾਸ ਜੀ ਨੇ ਇੱਕ ਦਿਨ ਕਿਹਾ ਭਾਈ ਪਾਰੋ, ਸਾਡਾ ਦਿਲ ਕਰਦਾ ਤੇਰੀ ਅਵਸਥਾ ਬਹੁਤ ਉੱਚੀ ਹੋ ਗਈ, ਤੂੰ ਸਾਡੇ ਕੋਲ ਆਇਆ ਨਾ ਕਰ। ਕਹਿੰਦਾ ਨਹੀਂ ਮਹਾਰਾਜ, ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ। ਅਤੇ ਇਹ ਵੀ ਦੱਸਾਂ ਕਿ ਗੁਰੂ ਅਮਰਦਾਸ ਜੀ ਜਿਸ ਘੋੜੀ ਦੀ ਸਵਾਰੀ ਕਰਦੇ ਸਨ ਨਾ, ਚੋਲਾ ਤਿਆਗਣ ਤੋਂ ਪਹਿਲਾਂ ਕਿਹਾ ਇਹ ਮੇਰੀ ਘੋੜੀ ਭਾਈ ਪਾਰੋ ਨੂੰ ਦੇ ਦਿਆ ਜੀ। ਇੱਕ ਹੋਰ ਚੇਤੇ ਰੱਖਿਓ, ਇਸੇ ਭਾਈ ਪਾਰੋ ਦੀ ਅੰਸ਼ ਵਿੱਚੋਂ ਭਾਈ ਦਇਆ ਸਿੰਘ ਹੋਏ ਨੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ ਸੀ। ਖੈ, ਮਹਾਰਾਜ ਜੀ ਨੇ ਕਿਹਾ ਤੁਹਾਡੀ ਅਵਸਥਾ ਬੜੀ ਉੱਚੀ ਹੋ ਗਈ ਭਾਈ ਪਾਰੋ। ਕਹਿੰਦੇ ਨੇ ਮਹਾਰਾਜ ਕੋਈ ਅਵਸਥਾ ਨਹੀਂ, ਸਤਿਗੁਰੂ ਨੇ ਇਕੱਲਿਆਂ ਬੁਲਾ ਕੇ, ਕਹਿੰਦੇ ਸਾਡਾ ਦਿਲ ਕਰਦਾ ਹੈ ਤੂੰ ਇਸ ਗੁਰਗੱਦੀ 'ਤੇ ਆ ਜਾ, ਇਸ ਗੱਦੀ 'ਤੇ ਤੂੰ ਆ ਜਾ, ਤੁਸੀਂ ਆ ਜਾਓ। ਕਹਿੰਦੇ ਜਿਵੇਂ ਕਰੰਟ ਲੱਗਦਾ ਬਿਜਲੀ ਦਾ, ਤੜਫ ਉੱਠੇ, ਚਰਨ ਪਕੜ ਕੇ ਕਹਿੰਦੇ ਸਤਿਗੁਰੂ ਗੁਰਗੱਦੀ 'ਤੇ ਤੁਸੀਂ ਬੈਠੋ। ਕਹਿੰਦੇ ਤੂੰ ਕੁਛ ਮੰਗ। ਕਹਿੰਦੇ ਮੇਰੇ ਪੀੜ੍ਹੀਆਂ ਨੂੰ ਸਿੱਖੀ ਦੀ ਦਾਤ ਦੇ ਦਿਓ। ਕਿੱਡੀ ਕੁ ਵੱਡੀ ਸਿੱਖ ਸ਼ਬਦ ਹੈ ਜੀ! ਮਹਾਰਾਜ ਜੀ ਨੇ ਸ਼ਬਦ ਵਰਤੇ, ਸਾਡੇ ਇਤਿਹਾਸ ਦੇ ਬੋਲ ਨੇ, ਪਰਮਹੰਸ ਮੋਰੋ ਹੀ ਰੂਪ, ਇਹਦਾ ਅਰਥ ਹੈ ਭਾਈ ਪਾਰੋ ਪਰਮਹੰਸ ਤੂੰ ਮੇਰਾ ਰੂਪ ਹੋ ਗਿਆ। ਮੈਂ ਇਹ ਕਥਾ ਲੈ ਕੇ ਜਾਣੀ ਅਗਲੇ ਸ਼ਨਿਚਰਵਾਰ ਸ਼ਾਮ ਨੂੰ। ਇਹ ਸਿੱਖ ਫਿਰ ਖਾਲਸਾ ਬਣ ਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਦਾ ਹੈ। ਪਰਮਹੰਸ ਮੇਰੋ ਹੀ ਰੂਪ, ਪਰਮ ਸਿਆਣਪ, ਪਰਮ ਅਵਸਥਾ ਮਹਾਂ ਅਨੂਪ, ਤੇਰੀ ਅਵਸਥਾ ਸਭ ਤੋਂ ਉੱਚੀ ਹੈ, ਤੇਰੇ ਨਾਲ ਕਿਸੇ ਦੀ ਉਪਮਾ ਨਹੀਂ।
ਪਰਮ ਹੰਸ ਮੋਰੋ ਕੀ ਰੂਪ ਪਰਮ ਅਵਸਥਾ ਸਦਾ ਬਹੁਤ ਅਨੂਪ ਬਖਸ਼ਤ ਹੋ ਮੈਂ ਜਗ ਗੁਰਿਆਈ ਅਰ ਸਮਝ ਗਿਆ ਨਾ ਮੈਂ ਤੁਹਾਨੂੰ ਜਗਤ ਦੀ ਗੁਰਗੱਦੀ ਦੇਣਾ ਕਰੋ ਉਧਾਰ ਲੋਕ ਸਮੁਦਾਈ ਲੋਕਾਂ ਦਾ ਭਲਾ ਕਰ ਕਰ ਜੋਰੇ ਹੱਥ ਜੋੜ ਲੈ ਪਾਰੋ ਪੱਗ ਭਰਿਓ ਤਰਾਏ ਤਰਾਏ ਕਰ ਬਚਨ ਉਚਰਿਓ ਜਿਵੇਂ ਬੰਦਾ ਤਰਲੇ ਲੈਂਦਾ ਪ੍ਰਭ ਜੀ ਗੁਰਸਿੱਖੀ ਮੁਝ ਭਾਵੈ ਹੇ ਧੰਨ ਗੁਰੂ ਅਮਰਦਾਸ ਪਿਤਾ ਜੀ ਪ੍ਰਭੂ ਜੀ ਪ੍ਰਭ ਜੀ ਦਾ ਅਰਥ ਹੈ ਮੇਰੇ ਵਾਹਿਗੁਰੂ ਰੂਪ ਸਤਿਗੁਰੂ ਪ੍ਰਭ ਜੀ ਗੁਰਸਿੱਖੀ ਮੁਝ ਭਾਵੈ ਗੁਰ ਆਈ ਸਤਿਗੁਰਾਂ ਸੁਹਾਵੈ ਮੁਝ ਪਰ ਕਿਰਪਾ ਦ੍ਰਿਸ਼ਟ ਕੋ ਕਰੀਐ ਗੁਰਸਿੱਖੀ ਪਦ ਬਖਸ਼ਣ ਕਰੀਏ ਮੈਨੂੰ ਸਿੱਖੀ ਦੀ ਦਾਤ ਦਿਓ ਮਹਾਰਾਜ ਜੀ ਨੇ ਕਿਹਾ ਤੇਰੇ ਖਾਨਦਾਨ ਨੂੰ ਸਿੱਖੀ ਦਿੱਤੀ ਇਹਦੇ ਵਿੱਚੋਂ ਇਸ ਪਰਿਵਾਰ 'ਚੋਂ ਹੀ ਮਾਤਾ ਦਮੋਦਰੀ ਜੀ ਹੋਏ ਨੇ ਜਿਨ੍ਹਾਂ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਜਦੋਂ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ ਮੈਂ ਸਿਰਫ ਦੋ ਤਿੰਨ ਬੇਨਤੀਆਂ ਆਪ ਨੂੰ ਕਰਨੀਆਂ ਸਿੱਖੀ ਹੁਣ ਇੱਥੇ ਸਤਿਗੁਰਾਂ ਨੇ ਕਿਹਾ ਸਨਮੁੱਖ ਹੋ ਜਿਹੜਾ ਜਿਉਂ ਰਹਿ ਹੁਣ ਉਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਜੀ ਦਾ ਵੇਲਾ ਆ ਗਿਆ ਉਹਨਾਂ ਨੇ ਇਹ ਕਿਰਪਾ ਕੀਤੀ ਸਿੱਖੀ ਨੂੰ ਇੰਨਾ ਉੱਚਾ ਮਰਤਬਾ ਦਿੱਤਾ ਇੰਨਾ ਉੱਚਾ ਰੁਤਬਾ ਦੇ ਦਿੱਤਾ ਗੁਰਸਿੱਖ ਲਈ ਇਹ ਸ਼ਬਦ ਵਰਤੇ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਗੁਰਸਿੱਖਾਂ ਕੀ ਅਰ ਧੂੜ ਦੇ ਖੰ ਪਾਪੀ ਵੀ ਗੱਤ ਪਿਆਰਿਓ ਕੋਈ ਛੋਟੀ ਗੱਲ ਨਹੀਂ ਇਹ ਕੋਈ ਬਟਰਿੰਗ ਨਹੀਂ ਕੀ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਪਾਪੀ ਦਾ ਵੀ ਪਾਰ ਉਤਾਰਾ ਹੋ ਜਾਏ ਫਿਰ ਗੁਰੂ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਨੇਮ ਅਨੁਸਾਰ ਸਿੱਖ ਦੀ ਸਪਿਰਚੁਅਲ ਜੀਵਨ ਲਿਖਿਆ ਰੂਹਾਨੀ ਜੀਵਨ ਇਹਦੀ ਰਹਿਤ ਕੀ ਹੋਵੇ ਸਿੱਖ ਦੀ ਉਹ 'ਚ ਕੋਈ ਬਾਹਰਮੁਖੀ ਗੱਲ ਨਹੀਂ ਕੀਤੀ ਸਮੇਂ ਅਨੁਸਾਰ ਇਹ ਸਭ ਕੁਝ ਬਣਦਾ ਰਿਹਾ ਫਿਰ ਗੁਰੂ ਉਹ ਤੁਹਾਨੂੰ ਸਭ ਨੂੰ ਚੇਤੇ ਵੀ ਗੁਰੂ ਰਾਮਦਾਸ ਜੀ ਨੇ ਫਿਰ ਇੱਕ ਸਲੋਕ ਵਿੱਚ ਸਿੱਖ ਕੌਣ ਜੇ ਪੁੱਛੋ ਵੀ ਸਿੱਖ ਕੌਣ ਉੱਥੇ ਫਿਰ ਸਤਿਗੁਰਾਂ ਨੇ ਸ਼ਬਦ ਵਰਤਿਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਅਜੇ ਸਿਰਫ ਅਖਾਏ ਕਹਿ ਹੋਣਾ ਬੜੀ ਦੂਰ ਦੀ ਗੱਲ ਹੈ ਜਿਹੜਾ ਸਿਰਫ ਇਹ ਹੀ ਲੋਕਾਂ 'ਚ ਕਹਿੰਦਾ ਜੀ ਆਪਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਸਾਨੂੰ ਸਿੱਖ ਕਹਿੰਦੇ ਆਪਾਂ ਕਹਿੰਦੇ ਹਾਂ ਨਾ ਗੋਰਾ ਮਿਲੇ ਤੁਸੀਂ ਕੌਣ ਸਿੱਖ ਜੀ ਕੌਣ ਜੀ ਮੈਂ ਸਿੱਖ ਜੀ ਮਹਾਰਾਜ ਕਹਿੰਦੇ ਜਿਹੜਾ ਸਿਰਫ ਇਹ ਹੀ ਕਹਾਏ ਮੈਂ ਸਿੱਖ ਹਾਂ ਉਹ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਕੋਈ ਚੀਜ਼ ਬੋਲਣ ਤੋਂ ਪਹਿਲਾਂ ਖਾਣ ਤੋਂ ਪਹਿਲਾਂ ਪੀਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੰਜੇ 'ਤੇ ਉੱਠ ਕੇ ਚੌਂਕੜਾ ਮਾਰ ਕੇ ਆਪਣੇ ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਜਾਪ ਕਰੇ ਆਹ ਹੈ ਸਿੱਖ ਮੈਂ ਫਿਰ ਬੇਨਤੀ ਕਰਾਂਗਾ ਵੇਖੋ ਪ੍ਰੈਕਟੀਕਲ ਜੀਆਂਗੇ ਤਾਂ ਹਰ ਚੀਜ਼ ਦਾ ਉੱਤਰ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ ਭਲਕੇ ਦਾ ਅਰਥ 2 ਵਜੇ 12 ਵਜੇ ਨਹੀਂ ਭਲਕੇ ਦਾ ਅਰਥ ਹੈ ਭਿੰਨੀ ਰੈਨੜੀਏ ਚਮਕਨ ਤਾਰੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਸਵੇਰੇ ਉੱਠਦਿਆਂ ਸਰ ਮੈਂ ਹਰ ਸਾਲ ਆਪ ਜੀ ਨੂੰ ਬੇਨਤੀ ਕਰਕੇ ਜਾਂਦਾ ਗੁਰਮੁਖੋ ਜਿਹੜਾ ਕਹਿੰਦਾ ਮੈਂ ਕਦੀ ਨਹੀਂ ਬਾਣੀ ਪੜ੍ਹੀ ਟਾਈਮ ਨਹੀਂ ਲੱਗਦਾ ਬਸ ਇੱਕੋ ਹੀ ਬੇਨਤੀ ਕਰੀਏ ਕਿ ਸਵੇਰੇ ਉੱਠਦਿਆਂ ਸਾਰ ਨਾ ਮੰਜੇ ਤੋਂ ਪੈਰ ਤਾਂ ਲਾਈ ਪਹਿਲਾਂ ਜਪਜੀ ਸਾਹਿਬ ਦਾ ਪਾਠ ਹੀ ਕਰ ਲਈ ਇਹ ਨੇਮ ਬਣ ਜਾ ਫਿਰ ਬੰਦਾ ਖੁੰਝਦੀ ਕੋਈ ਨਹੀਂ ਸਤਿਗੁਰਾਂ ਨੇ ਪਹਿਲਾਂ ਇਹ ਕਿਹਾ ਸ਼ਬਦ ਵਰਤਿਆ ਵੀ ਸਭ ਤੋਂ ਪਹਿਲਾਂ ਨਾਮ ਜਪੇ ਉਹਦੇ ਕਈ ਕਾਰਨ ਨੇ ਰਾਤ ਸੁੱਤਿਆਂ ਹੋਇਆਂ ਸੁਸਤੀ ਦੂਰ ਹੋ ਗਈ ਹੈ ਆਲਸ ਦੂਰ ਹੋ ਗਿਆ ਸਰੀਰ ਦੀ ਥਕਾਵਟ ਦੂਰ ਹੋ ਗਈ ਹੈ ਹੋ ਸਕਦਾ ਕਿਤੇ ਰਾਤ ਨੂੰ ਚੰਗਾ ਸਿਫਸੇ ਸੁਪਨੇ ਕਿਸੇ ਗੁਰੂ ਧਾਮ ਦਾ ਆਇਆ ਹੋਵੇ ਕਿਸੇ ਸੰਗਤ ਦਾ ਆਇਆ ਹੋਵੇ ਤਾਂ ਬੰਦੇ ਦਾ ਅੰਦਰ ਸੁਪਨੇ ਨਾਲ ਬੜਾ ਤਿਆਰ ਹੋ ਜਾਂਦਾ ਮਹਾਰਾਜ ਕਹਿੰਦੇ ਉਸ ਦੇ ਅਸਾਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਫਿਰ ਦੁਬਾਰਾ ਕਿਹਾ ਉੱਦਮ ਕਰੇ ਭਲਕੇ ਪ੍ਰਭਾਤੀ
ਉਂਝ ਮੈਂ ਇੱਕ ਵਾਰ ਅਰਜ਼ ਕੀਤੀ ਸੀ ਭਲਕੇ ਦੇ ਅਰਥ ਅਸੀਂ ਪੂਰੇ 12 ਘੰਟਿਆਂ 'ਚ ਵੀ ਕਰ ਰਹੇ ਹਾਂ ਕਿ ਭਲਕੇ ਇਹ ਗੱਲ ਕੰਮ ਕਰਾਂਗੇ। ਭਲਕੇ ਦਾ ਅਰਥ ਸਵੇਰ ਤੋਂ ਸ਼ਾਮ ਤੱਕ ਹੀ ਹੋ ਸਕਦਾ, ਪਰ ਗੁਰਦੇਵ ਨੇ ਇੱਥੇ ਪ੍ਰਭਾਤੀ ਸ਼ਬਦ ਪਾ ਦਿੱਤਾ। ਇਹਦਾ ਮਤਲਬ ਸੀ ਕਿ ਭਲਕੇ ਦਾ ਅਰਥ ਅੰਮ੍ਰਿਤ ਵੇਲਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਸਰੀਰਕ ਸ਼ੁੱਧੀ ਕਰੇ, ਇਸ਼ਨਾਨ ਕਰੇ। ਅਤੇ ਅੰਮ੍ਰਿਤਸਰ ਗੁਰੂ ਕੀ ਸਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਵਿੱਚ ਵੀ ਚੁੱਭੀਆਂ ਮਾਰੇ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ, ਜੋ ਗੁਰੂ ਜੀ ਨੇ ਮੰਤਰ ਦਿੱਤਾ ਹੈ। ਨਾਮ ਤਾਂ ਪਰਮਾਤਮਾ ਦੇ ਬੜੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਜੋ ਗੁਰੂ ਜੀ ਨੇ ਉਪਦੇਸ਼ ਦਿੱਤਾ ਉਹਨੂੰ ਜਪੇ, ਜਿੰਨੇ ਕੀਤੇ ਹੋਏ ਪਾਪ ਨੇ ਉਹ ਲੈ ਜਾਣਗੇ। ਫਿਰ ਜੀ ਕਹਿਣ ਲੱਗੇ, ਉੱਧਰ ਲਾਲੀ ਪੁੱਟ ਪਈ, ਦਿਨ ਚੜ੍ਹਨ ਲੱਗ ਪਿਆ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਪਿਆਰਿਓ ਦਿਨ ਚੜ੍ਹੇ, ਆਹ ਹੈ ਸਿੱਖ। ਉਂਝ ਤਾਂ ਸਿੱਖ ਤਾਂ ਆਪਾਂ ਕਹਿੰਦੇ ਹਾਂ ਇਸ ਸੰਸਾਰ ਵਿੱਚ ਇੰਨੇ ਕਰੋੜ ਸਿੱਖ ਨੇ, ਨਹੀਂ ਪਿਆਰਿਓ ਉਹ ਸਿਰਾਂ ਵਾਲੇ ਸਿੱਖ ਨੇ, ਸੀਨੇ ਵਾਲਾ ਸਿੱਖ ਕੋਈ ਕੋਈ ਹੈ, ਸਿਰ ਦੇ ਤੌਰ 'ਤੇ ਸਿੱਖ ਹਨ ਜੀ। ਇਹਨੂੰ ਫਿਰ ਮੇਰੀ ਬੇਨਤੀ ਸੁਣਿਓ, ਗੁਰਸਿੱਖੋ ਤੁਸੀਂ ਬਹੁਤ ਕੁਝ ਚਾਹੁੰਦੇ ਹੋ, ਪਰ ਜਿੰਨੀ ਦੇਰ ਤੱਕ ਅੰਦਰੋਂ ਗੁਰੂ ਨੇ ਨਾਲ ਤੁਰੇਗਾ ਕੁਛ ਨਹੀਂ ਮਿਲਣਾ। ਗੁਰੂ ਨਾਲ ਹੋਵੇ ਇੱਥੋਂ ਤੱਕ। ਇੱਕ ਦਿਨ ਮੈਨੂੰ ਯਾਦ ਹੈ ਬਾਪੂ ਜੀ ਬੈਠੇ, ਇੱਕ ਵਾਰੀ 'ਤੇ ਟੌਪਿਕ ਦਿੱਤਾ ਸੀ, ਪੰਥ ਚੱਲਿਆ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ, ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ। ਅਤੇ ਮੈਂ ਐਤਕੀ ਜਦੋਂ ਆਇਆ ਤਾਂ ਮੇਰੇ ਮਨ 'ਚ ਹੈ ਵੀ ਇੱਕ ਵਾਰੀ ਇਸ ਡਾਕਟਰ ਨੇ ਕਥਾ ਹੋਈ ਸੀ ਬਹੁਤ ਸਮਾਂ ਪਹਿਲਾਂ, ਇਹ ਵਿਸ਼ਾ ਦਿੱਤਾ ਸੀ। ਅਤੇ ਮੈਂ ਉਦਨ ਮੈਨੂੰ ਫਿਰ ਮਨ 'ਚ ਆਇਆ ਜਦੋਂ ਵਾਹਿਗੁਰੂ ਜੀ ਕਹਿ ਰਹੇ ਨੇ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੋਂ ਆਪਣਾ ਪੁੱਤਰ ਬਣਾ ਦਿੱਤਾ, ਪੰਥ ਪਰਚੁਰ ਕਰਬੇ ਕੋ ਸਾਜਾ, ਤੁਸੀਂ ਪੰਥ ਦਾ ਪਰਚੁਰ ਦਰ ਅਤੇ ਪ੍ਰਚਾਰ ਕਰਨਾ। ਪ੍ਰਚਾਰ ਬੜੀ ਵੱਡੀ ਸੇਵਾ ਹੁੰਦੀ ਹੈ ਪਿਆਰਿਓ, ਬਹੁਤ ਵੱਡੀ ਹੁੰਦੀ। ਪੰਥ ਪਰਚੁਰ ਕਰਬੇ ਕੋ ਸਾਜਾ, ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਅਤੇ ਲੋਕ ਹਟਾਏ, ਜਿੱਥੇ ਜਿੱਥੇ ਜਾਓ ਤੁਸੀਂ ਪ੍ਰਚਾਰ ਕਰੋ ਸੱਚ ਦਾ, ਧਰਮ ਦਾ, ਨਾਮ ਦਾ, ਸਿਮਰਨ ਦਾ। ਹੁਣ ਜਿਹਨੂੰ ਇੰਨੀ ਥਾਪੜਾ ਮਿਲ ਜਾਏ ਵੀ ਮੈਂ ਤੈਨੂੰ ਆਪਣਾ ਪੁੱਤਰ ਬਣਾ ਦਿੱਤਾ, ਬੰਦਾ ਤਾਂ ਫੁੱਲੇ ਨਹੀਂ ਸਵਾਉਂਦਾ। ਅੱਜ ਦੁਨੀਆ 'ਚ ਸਭ ਤੋਂ ਵੱਡਾ ਧਰਮ ਜੀ ਸਿਰਫ ਇੱਕੋ ਹੀ ਦਾਅਵਾ ਕਰਦਾ ਕਿ ਸਾਡਾ ਪੈਗੰਬਰ ਹੀ ਰੱਬ ਦਾ ਪੁੱਤਰ ਹੈ, ਈਸਾ ਜੀ ਦਾ। ਵਾਹਿਗੁਰੂ ਜੀ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਇਹ ਸਾਰੀ ਜ਼ਿੰਦਗੀ ਪ੍ਰਚਾਰ ਕਰ ਰਿਹਾ, ਉਹਨਾਂ ਨੂੰ ਪੁੱਤਰ ਕਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਬਚਨ ਕਰਦੇ ਆ, ਅਸੀਂ ਹੱਥ ਜੋੜ ਕੇ ਆਪਣਾ ਸਿਰ ਝੁਕਾ ਲਿਆ ਕਿ ਜੋ ਪਿਤਾ ਜੀ ਵਾਹਿਗੁਰੂ ਜੀ ਤੁਹਾਡਾ ਹੁਕਮ ਹੈ ਮੈਂ ਬੱਚਾ ਪਾਲਾਂਗਾ, ਪਰ ਪੰਥ ਮੇਰਾ ਇਕੱਲੇ ਤੋਂ ਨਹੀਂ ਚੱਲਣਾ, ਪੰਥ ਤਾਂ ਚੱਲੇਗਾ ਜੇ ਤੇਰੀ ਕਲਾ ਵਿੱਚ ਵਰਤੇਗੀ। ਤਾਂ ਆਹ ਗੱਲ ਸਮਝੋ ਮੇਰੀ ਬੇਨਤੀ ਗੁਰਮੁਖੋ, ਇਹ ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ ਨਹੀਂ ਕਿਹਾ, ਇਹਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੈ। ਇਹ ਬੋਲਦਾ ਤੇ ਦੇਗ ਤੇ ਫਤਿਹ ਹੈ, ਇਹ ਇਕੱਲਾ ਨਹੀਂ ਕਹਿੰਦਾ ਫਲਾਣਾ ਸਿੰਘ ਜਿੱਤ ਗਿਆ, ਇਹ ਜਿੱਤਣ ਤੋਂ ਬਾਅਦ ਕਹਿੰਦਾ ਅੱਜ ਪੰਥ ਜਿੱਤ ਕੇ ਆਇਆ ਹੈ, ਪੰਥ ਕੀ ਜੀਤ। ਹੁਣ ਦੇਖੋ ਫਿਰ ਬੇਨਤੀ ਹੈ, ਮਹਾਰਾਜ ਜੀ ਨੇ ਜਦੋਂ ਉਹਨਾਂ ਕਿਹਾ ਸਤ ਅਕਾਲ, ਉੱਥੇ ਅਕਾਲ ਪੁਰਖ ਵਾਚ ਲਿਖਿਆ ਦਸਮ ਦੇ ਬਚਨਾਂ 'ਚ, ਅਕਾਲ ਪੁਰਖ ਵਾਚ ਮੈਂ ਆਪਣਾ ਸੁੱਤੋ ਇਹ ਨਿਵਾਜਾ, ਅੱਗੋਂ ਫਿਰ ਸਤਿਗੁਰੂ ਕਭਿਓ ਵਾਚ। ਕਹਿਣ ਲੱਗੇ ਠਾਡ ਭਇਓ ਮੈਂ ਜ਼ੋਰ ਕਰ, ਮੈਂ ਖੜਾ ਹੋ ਗਿਆ। ਯਾਦ ਰੱਖਿਓ ਇਹਦਾ ਪਾਠ ਕਦੀ ਠਾਂਡ ਨਹੀਂ ਕਰਨਾ, ਯਾਦ ਕੀਰਤਨ ਠਾਂਡ ਪੜਦੇ ਆ, ਠੰਡ ਦਰ 'ਤੇ ਠੰਡ ਅਤੇ ਠਾਡ ਦਰ 'ਤੇ ਖਲੋ ਜਾਣਾ, ਸਿਰ ਉੱਪਰ ਠਾਡਾ ਕੱਲ ਤਾਤੀ ਠਾਂਡਾ। ਮੇਰੀ ਬੇਨਤੀ ਹੈ ਠਾਂਡ ਭਇਓ ਮੈਂ ਖੜਾ ਹੋ ਗਿਆ, ਦਰ ਮਾਦੇ ਠਾਡੇ ਦਰਬਾਰ, ਠਾਂਡੇ ਨਹੀਂ ਠਾਡੇ। ਮਹਾਰਾਜ ਕਹਿੰਦੇ ਨੇ ਠਾਂਡ ਭਇਓ ਮੈਂ ਖਲੋ ਗਿਆ,
ਜ਼ੋਰ ਕਰ, ਦੋਨੋਂ ਹੱਥ ਜੋੜ ਲੈ, ਪਿਤਾ ਜੀ ਮੈਂ ਸਿਰ ਨਵਾ ਕੇ ਇੱਕ ਬੇਨਤੀ ਕਰਨੀ ਹੈ, ਠਾਠ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਾ ਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਤੁਹਾਡੀ ਸਹਾਇਤਾ ਤੋਂ ਬਿਨਾਂ ਪੰਥ ਨਹੀਂ ਚੱਲਣਾ, ਤੁਸੀਂ ਮਦਦ ਕਰੋ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ। ਗੁਰਦੇਵ ਕਹਿੰਦੇ ਨੇ ਜੋ ਗੁਰੂ ਨੇ ਦਿੱਤਾ ਉਪਦੇਸ਼, ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਕੀ ਹੋਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਜਿਹੜੇ ਸ਼ਬਦ ਚੇਤੇ ਨੇ ਉਹ ਗਾਈ ਜਾਏ, ਤੁਕ ਚੇਤੇ ਹੋਈ ਗਾਈ ਜਾਓ ਪਿਆਰਿਓ, ਇੱਥੇ ਕੋਈ ਨਹੀਂ। ਜੇ ਘਾਟਾ ਇੱਕ ਤੁਕ ਹੀ ਜੇ ਜ਼ਬਾਨੀ ਚੇਤੇ ਉਹਨੂੰ ਪੜ੍ਹੀ ਜਾਓ, ਉਹਦੇ 'ਚ ਬਰਕਤ ਪੈ ਜਾਣੀ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਫਿਰ ਕੀ ਕਰੇ ਜੀ, ਬਹਿੰਦਿਆਂ ਉੱਠਦਿਆਂ, ਉੱਠਦ ਬੈਠ ਸੋਵਤ ਨਾਮ, ਮਹਾਰਾਜ ਕਹਿੰਦੇ ਉੱਠਦ ਸੁਖੀਆ, ਇਹਦੇ ਕਰਕੇ ਸੁਖੀਆ ਹੋਣਾ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ। ਗੁਰੂ ਜੀ ਨੂੰ ਕੌਣ ਚੰਗਾ ਲੱਗਦਾ, ਜਿਹੜਾ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪਦਾ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਰਾਮਦਾਸ ਜੀ, ਇਹ ਫਿਰ ਕਮਾਈਆਂ ਨੂੰ ਮਿਲਦਾ, ਕਹਿੰਦੇ ਨਹੀਂ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਹਦੇ 'ਤੇ ਵਾਹਿਗੁਰੂ ਖੁਸ਼ ਹੋਵੇ, ਸਿੱਖੀ ਉਹਨੂੰ ਮਿਲਦੀ ਹੈ। ਇਹਦਾ ਹੀ ਸ਼ੁਕਰਾਨਾ ਕਰੀਏ ਪਹਿਲਾਂ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਧੰਨ ਗੁਰੂ ਰਾਮਦਾਸ, ਜਿਹੜਾ ਇੰਨਾ ਕਮਾਲ ਹੈ। ਕਹਿਣ ਲੱਗੇ ਬਸ, ਉਦੋਂ ਬਾਅਦ ਉਹਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਏ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਮੈਂ ਇੱਕ ਹੋਰ ਬੇਨਤੀ ਕਰਾਂ ਭਾਈ ਸਾਹਿਬ ਜੀ ਰਚ, ਕਿਉਂਕਿ ਜਿਹੜਾ ਸਾਡੀ ਡਿਊਟੀ ਸੀ ਨਾ ਜੀ, ਕਸੂਰ ਤੁਹਾਡਾ ਕੋਈ ਨਹੀਂ, ਅਸੀਂ ਆਪਣੀ ਡਿਊਟੀ ਤੋਂ ਭੱਜ ਗਏ ਹਾਂ, ਕਿਉਂਕਿ ਸਰੋਤ ਉਹ ਜੀ ਪੈਦਾ ਹੋ ਗਈ। ਕੋਈ ਕਦੀ ਮੈਨੂੰ ਅੱਜ ਤੀਕਰਾਂ ਕਿਸੇ ਗੁਰਦੁਆਰੇ 'ਚ ਵਿਸ਼ਾ ਨਹੀਂ ਦਿੱਤਾ ਗਿਆ, ਭਾਈ ਸਾਹਿਬ ਆਹ ਕਥਾ ਕਰਨੀ ਹੈ। ਇੱਥੇ ਕਦੀ ਕਦੀ ਟਾਵਾਂ ਟਾਵਾਂ ਹੁੰਦਾ ਸੀ ਵੀ ਆਹ ਆਹ ਕਥਾ ਕਰਨੀ ਹੈ, ਨਹੀਂ ਤਾਂ ਪ੍ਰਚਾਰਕ ਦੀ ਮਰਜ਼ੀ, ਇਮੋਸ਼ਨਲ ਕਰੇ, ਰਵਾਏ ਭਾਵੇਂ ਧਵਾਏ, ਜਿੱਦਣ ਮਰਜ਼ੀ ਖਿੱਚ ਕੇ ਲੈ ਜਾਏ। ਮੇਰਾ ਤਾਂ ਇਹ ਅੰਦਾਜ਼ਾ ਵੀ ਜਿਹੜਾ ਪ੍ਰਚਾਰਕ ਹੈ ਉਹ ਇਹਦੀ ਗੱਲ ਕਰੇ। ਧੰਨ ਗੁਰੂ ਗ੍ਰੰਥ ਸਾਹਿਬ 'ਚ ਕੀ ਹੈ, ਭਾਵੇਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਪਤਾ ਹੈ ਸਭ ਕੁਝ, ਪਰ ਜਿਹੜੀ ਗੱਲ ਕਥਾ ਵਾਲੇ ਨੇ ਖੋਲ੍ਹਣੀ ਉਹ ਕਥਾ ਵਾਲੀ ਖੋਲ੍ਹ ਸਕਦਾ ਹੈ, ਪਰ ਜੇ ਉਹ ਗੁਰੂ ਨੂੰ ਸਮਰਪਿਤ ਰਹੇ ਤਾਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਜੇ ਸਿੱਖੀ ਬਾਰੇ ਜੇ ਕਿਸੇ ਨੇ ਸਿੱਖੀ ਦੀ ਸਾਰੀ ਰਹਿਤ ਪੜ੍ਹਨੀ ਹੈ ਰਹਿਤਨਾਮਿਆਂ ਤੋਂ ਪਹਿਲਾਂ, ਉਹ ਭਾਈ ਗੁਰਦਾਸ ਸਾਹਿਬ ਨੂੰ ਜ਼ਰੂਰ ਪੜ੍ਹੋ। ਉਹਨਾਂ ਦਾ ਮੈਂ ਦੋ ਬਚਨ ਆਪਣਾ ਸਾਂਝੇ ਕਰਨੇ। ਇੱਕ ਤਾਂ ਗੁਰਸਿੱਖ ਕਿੰਨਾ ਕੁ ਭਰਿਆ ਭਾਂਡਾ ਹੈ, ਭਾਈ ਸਾਹਿਬ ਦੀ ਇੱਕ ਪੌੜੀ ਹੈ ਜੀ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਵਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਯਾਦ ਰੱਖਿਓ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ 'ਚ ਬੋਲਾ ਪੈਰੀ ਪੈ ਪਾ ਖਾਕ ਹੋਏ, ਚਰਨ ਧੋਏ ਚਰਨਾਦਕ ਚੋਲਾ, ਚਰਨ ਕਮਲ ਚਿਤ ਭਵਰ ਕਰ ਭਵਜਲ ਅੰਦਰ ਰਹਿ ਨਿਰੋਲਾ, ਜੀਵਨ ਮੁਕਤ ਸਚਾਵਾ ਚੋਲਾ। ਆ ਕਹਿੰਦੇ ਆਹ ਸਿੱਖ ਜੀਵਨ ਮੁਕਤ ਹੈ, ਇਹਦੇ ਚੋਲੇ 'ਤੇ ਕੋਈ ਦਾਗ ਨਹੀਂ ਪਏਗਾ, ਇਹਦਾ ਚੋਲਾ ਬਿਲਕੁਲ ਸਚਾਵਾ ਰਹੇਗਾ, ਸਫੇਦ ਰਹੇਗਾ, ਬੇਦਾਗ ਰਹੇਗਾ। ਹੁਣ ਮੈਂ ਪੰਕਤੀਆਂ ਪੰਜ ਪੜ੍ਹਤੀਆਂ, ਅਰਥ ਸਾਰਿਆਂ ਨੂੰ ਤਾਂ ਸਮਝ ਨਹੀਂ ਪਏ ਹੋਣੇ ਨਾ। ਗੁਰਸਿੱਖੀ ਆ ਹੈ, ਗੁਰਸਿੱਖੀ ਕੀ, ਸਿੱਖ ਸੁਣ, ਗੁਰਸਿੱਖੀ ਏਵੇ ਆਪਣੇ ਮਨ ਦੀ ਸਿੱਖਿਆ ਦੀ ਥਾਂ ਗੁਰੂ ਦੀ ਸਿੱਖਿਆ ਸੁਣੇ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ
ਅੰਦਰੋਂ ਬਹੁਤ ਸਿਆਣਾ ਹੋਵੇ। ਸਿਆਣਾ ਇੱਕ ਸਿਆਣਪ ਹੁੰਦੀ ਹੈ ਕਪਟ 'ਚੋਂ ਜਨਮ ਲੈਂਦੀ ਹੈ, ਚਲਾਕੀ 'ਚੋਂ, ਇੱਕ ਸਿਆਣਪ ਹੁੰਦੀ ਹੈ ਜਿਹੜੀ ਨਾਮ 'ਚੋਂ ਜਨਮ ਲੈਂਦੀ ਹੈ। ਜਿਹੜੀ ਕਪਟ 'ਚੋਂ ਜਨਮ ਲੈਂਦੀ ਹੈ ਚਲਾਕੀਆਂ 'ਚੋਂ, ਉਹਨੂੰ ਗੁਰਦੇਵ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਨਾ ਤੂੰ ਆਵੈ ਵਸ ਕਿਤੇ ਸਿਆਣਪ ਹੈ। ਉਹ ਕਹਿੰਦੀ ਬਹੁਤ ਸਿਆਣਪ ਜਮਕਾ ਭਉ ਵਿਆਪੈ, ਮਹਾਰਾਜ ਕਹਿੰਦੇ ਬਹੁਤ ਸਿਆਣਪ ਲੱਗਾ ਧੂਰ, ਸਿਆਣਾ ਬਣਦਾ ਮਿੱਟੀ ਪੈਂਦੀ ਹੈ। ਇੱਕ ਸਿਆਣਪ ਹੁੰਦੀ ਹੈ ਜਿਹੜੀ ਸ਼ਬਦ ਦੀ ਕਮਾਈ 'ਚੋਂ ਨਿਕਲਦੀ ਹੈ। ਗੁਰੂ ਸਾਹਿਬ ਕਹਿੰਦੇ ਅੰਦਰੋਂ ਬੜਾ ਸਿਆਣਾ, ਅੰਦਰ ਦੀ ਸੁਰਤ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਅੰਦਰ ਨੂੰ ਮੈਲਿਆ ਨਹੀਂ ਹੋਣ ਦਿੰਦਾ, ਇਹਨਾਂ ਅੰਦਰੋਂ ਪੱਕਾ ਹੈ ਕਿ ਸਿਆਣਪ ਵਰਤਦਾ ਉਹ ਸਿਆਣਪ ਜਿਹੜੀ ਸਿਮਰਨ 'ਚੋਂ ਨਿਕਲੀ ਹੈ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਬਿਲਕੁਲ ਭੋਲਾ ਜਿਹਾ, ਸਾਦੇ ਕੱਪੜੇ ਪਾਏ ਨੇ। ਇਹਨੂੰ ਇਹ ਕਹਿ ਸਕਦੇ ਹੋ ਕਿ ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਅੰਦਰ ਰੇਸ਼ਮ ਹੈ ਨਾਮ ਦੀ, ਬਾਹਰ ਪਾਟੀਆਂ ਲੀਰਾਂ ਪਾਈ ਬੈਠੇ ਆ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ, ਵਿਚਾਰ ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਅੰਦਰੋਂ ਸਿਆਣਾ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਅੱਗੇ ਜੀ ਸ਼ਬਦ ਸੁਰਤ ਸਾਵਧਾਨ ਹੋਏ, ਵਾਹਿਗੁਰੂ ਇਹਨਾਂ ਅੰਦਰੋਂ ਕਮਾਈ ਕਰ ਰਿਹਾ ਹੈ। ਵਾਹਿਗੁਰੂ ਫਿਰ ਸੁਣਿਓ, ਇੰਨਾ ਸੁਚੇਤ ਹੈ ਜਿੱਥੇ ਵੀ ਸੁਰਤ ਸ਼ਬਦ ਤੋਂ ਭੱਜਣ ਲੱਗਦੀ ਹੈ, ਦੌੜਨ ਲੱਗਦੀ ਹੈ, ਇੱਕੋ ਦਮ ਸ਼ਬਦ ਨਾਲ ਸੁਰਤ ਨੂੰ ਫਿਰ ਕੀਲ ਲੈਂਦਾ। ਭਾਵੇਂ ਭੀੜ 'ਚ ਹੋਵੇ, ਭਾਵੇਂ ਉਹ ਕਿਤੇ ਰੌਲੇ ਰੱਪੇ 'ਚ ਹੋਵੇ। ਗੁਰਮੁਖੋ ਤੁਸੀਂ ਬੰਦਗੀ ਵਾਲੇ ਬੈਠੇ ਹੋ, ਮੈਂ ਫਿਰ ਤੁਹਾਨੂੰ ਰਿਪੀਟ ਕਰਨ ਲੱਗਾ, ਕਿਹਾ ਇਹਨਾਂ ਵੀ ਵਾਰ ਵਾਰ ਗੱਲ ਕਰਦਾ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਿ ਰਿਹਾ। ਅੰਦਰ ਸ਼ਬਦ ਦੀ ਧੁਨੀ ਚੱਲ ਪਏ, ਤੁਸੀਂ ਵਿਆਹ 'ਚ ਬੈਠੇ ਹੋ ਤਾਂ ਵੀ ਨਾਮ ਚੱਲਦਾ, ਬਾਹਰ ਭਾਵੇਂ ਨਗਾਰਾ ਵੱਜਦਾ ਹੋਵੇ ਤਾਂ ਵੀ ਨਾਮ ਚੱਲਦਾ, ਇੱਥੋਂ ਤੱਕ ਪੈਰਾਂ 'ਚ ਕੈਂਚੀ ਚੱਪਲ ਪਾਈ ਉਹ ਟਿਕ ਟਿਕ ਕਰੇ ਉਹਦੇ ਨਾਲ ਵੀ ਨਾਮ ਚੱਲਦਾ, ਆ ਘੜੀ ਟਿਕ ਟਿਕ ਰਾਤ ਨੂੰ ਕਰਦੀ ਉਹ 'ਚ ਵੀ ਨਾਮ ਚੱਲਦਾ। ਬਾਬਾ ਜੀ ਤਾਂ ਕਹਿੰਦੇ ਨੇ ਮੱਛੀ ਨੂੰ ਸੋਨਾ ਉਹਦੇ 'ਚ ਵੀ ਨਾਮ ਚੱਲਦਾ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੇ ਬਿਨਾ ਸੋ ਬਿਨਾ ਹਰ ਜਾਪਤ ਹੈ ਨੀ ਹੋਰ। ਅੰਦਰੋਂ ਸਿਆਣਾ ਸ਼ਬਦ ਸੁਰਤ ਕਰਕੇ ਇੰਨਾ ਸਿਆਣਾ ਉਹ ਤੋਟਾ ਨਹੀਂ ਪਹਿਨ ਦਿੰਦਾ। ਸ਼ਬਦ ਸਿਵਰ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣੀ ਬੋਲਾ, ਸ਼ਬਦ ਤੋਂ ਬਿਨਾਂ ਕੋਈ ਬੋਲ ਨਹੀਂ ਦੇਖਦਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਵੇਖੋ ਇੱਥੇ ਸ਼ਬਦ ਖੋਲਾ ਵਰਤਿਆ, ਸਾਡੇ ਨਾ ਬਾਹਰ 'ਚ ਇੱਕ ਸ਼ਬਦ ਵਰਤਦੇ ਸਨ, ਟੁੱਟ ਜਿਹੜਾ ਮਕਾਨ ਦੀ ਛੱਤ ਢਹਿ ਜਾਂਦੀ ਸੀ ਨਾ, ਕਲੀਆਂ ਕੰਧਾਂ ਲੱਗਦੀਆਂ, ਕਹਿੰਦੇ ਟੁੱਟੇ ਖੋਲੇ ਨੇ, ਸ਼ਾਇਦ ਤੁਹਾਡੇ ਵੱਖ ਸਾਡੀ ਬੋਲੀ ਮਿਸ ਹੋਏ ਨਾ। ਇਹ ਖੋਲਾ ਹੁੰਦਾ ਸੀ ਜਿੱਥੇ ਛੱਤ ਨਹੀਂ ਸਿਰਫ ਕੰਧੇ ਹੀ ਸਨ, ਇੱਥੇ ਖੋਲਾ ਦਾ ਅੱਜ ਨਵਾਂ ਅਰਥ ਵਰਤਿਆ, ਬੋਲਾ ਬੋਲਾ ਜਿਹਨੂੰ ਸਮਝ ਕੋਈ ਨਹੀਂ। ਕਹਿੰਦੇ ਉਹ ਸਿੱਖ ਸਤਿਗੁਰੂ ਦੇ ਦਰਸ਼ਨ ਕਰਦਾ, ਦਰਸ਼ਨਾਂ ਤੋਂ ਬਿਨਾਂ ਉਹ ਕਹਿੰਦਾ ਅੱਖਾਂ ਖੁੰਦਿਆਂ ਵੀ ਬੰਦਾ ਅੰਨਾ, ਜਿਹਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਅਤੇ ਜਿਹਨੇ ਕਦੀ ਅੰਦਰੋਂ ਸ਼ਬਦ ਨਹੀਂ ਸੁਣਿਆ ਉਹ ਬੋਲਾ, ਭਾਵੇਂ ਉਹਦੇ ਕੰਮ ਸੁਣਦੇ ਪਏ। ਸਤਿਗੁਰੂ ਦਰਸ਼ਨ ਦੇਖਣਾ ਸਾਧ ਸਿੰਘ ਬਿਨ ਅੰਨਾ ਖੋਲਾ। ਅੱਗੇ ਵੀ ਜੀ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਸੁਣਿਓ ਇਸ ਨੂੰ, ਜਿਵੇਂ ਕੋਈ ਮਿੱਠੀ ਚੀਜ਼ ਆ ਗੁੜ ਲੈ ਲਓ, ਪਹਿਲਾਂ ਸਾਡੇ ਫਾੜੀਆਂ ਕਹਿੰਦੇ ਸਨ, ਸ਼ਾਇਦ ਤੁਹਾਨੂੰ ਪਤਾ ਨਾ, ਪਹਿਲਾਂ ਜਦੋਂ ਆਈਆਂ ਸਨ ਨਾ ਆਪਣੀਆਂ ਖੰਡ ਦੀਆਂ ਬਣੀਆਂ ਨਿੱਕੀਆਂ ਨਿੱਕੀਆਂ ਗੋਲੀਆਂ, ਜਿਹਨੂੰ ਅੱਜ ਕੈਂਡੀਆਂ ਕਹਿੰਦੇ, ਸਾਡੇ ਫਾੜੀਆਂ ਕਹਿੰਦੇ ਹੁੰਦੇ ਹਨ, ਉਹ ਸੰਤਰੇ ਵਾਂਗੂ ਬਣੀਆਂ ਹੁੰਦੀਆਂ ਸਨ। ਉਹਨੂੰ ਬੰਦਾ ਚੂਸਦਾ ਹੋਵੇ, ਚੂਸਦਾ ਬੰਦਾ ਕਦੇ ਬੋਲਦਾ ਦੇਖੇ? ਕਹਿੰਦੇ ਗੁਰੂ ਕਾ ਸਿੱਖ ਬੋਲੋ ਦੇ ਬੰਦ ਨੇ, ਬੈਠਾ ਸੰਗਤ 'ਚ
ਅੰਦਰੋਂ ਉਹ ਵਾਹਿਗੁਰੂ ਦੇ ਸ਼ਬਦ ਨੂੰ ਚੂਸ ਰਿਹਾ ਹੈ। ਉਹ ਚੁੱਪ ਚੁਪੀਤਾ ਬੋਲ ਰਿਹਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ ਪੈਰੀ ਪਹਿ ਪਾ ਖਾ ਕੋਈ ਚਰਨ ਧੋਏ ਚਰਨਾਦਕ ਚੋਲਾ। ਸਭ ਦੇ ਚਰਨਾਂ ਜੁੜ ਕੇ ਪੈਰਾਂ ਦੀ ਖਾਕ ਹੋ ਜਾਂਦਾ ਗੁਰਮੁਖੋ, ਸੱਚਮੁੱਚ ਸੰਗਤ ਦੇ ਚਰਨ ਚਰਨ ਅੰਮ੍ਰਿਤ ਲੈ ਰਿਹਾ ਹੈ। ਚਰਨ ਕਮਲ ਚਿਤ ਭਵਰ ਕਰ, ਜਿਵੇਂ ਸਤਿਗੁਰੂ ਦਾ ਸ਼ਬਦ ਉਹਨੂੰ ਕਮਲ ਬਣਾਉਂਦਾ ਅਤੇ ਆਪ ਭਵਰਾ ਬਣ ਜਾਂਦਾ। ਤੁਸੀਂ ਇੱਕ ਹੋਰ ਬੇਨਤੀ, ਮੈਂ 5-7 ਮਿੰਟ ਤੁਹਾਡੇ ਲੈਣੇ ਨੇ, ਕਿਉਂਕਿ ਮੇਰੇ ਤੋਂ ਬਾਅਦ ਅੱਜ ਕਿਸੇ ਲੱਗਣਾ ਨਹੀਂ ਨਾ। ਇਹ ਥੋੜ੍ਹੀ ਕਥਾ ਦਾ ਆਨੰਦ ਵੀ ਹੁੰਦਾ, ਪਿੱਛੋਂ ਪਤਾ ਨਹੀਂ ਹੁੰਦਾ ਕਿਸੇ ਲੱਗਣਾ ਹੀ ਨਹੀਂ, ਕਿਉਂਕਿ ਪਿੱਛੇ ਪ੍ਰਚਾਰਕ ਬੈਠਾ ਹੁੰਦਾ, ਅੱਗੇ ਘੜੀ ਹੁੰਦੀ ਅਤੇ ਵਿੱਚ ਦੁਬਦਾ ਬੰਦਾ ਪਿਆ ਰਹਿੰਦਾ। ਦੇਖੋ ਇਹਦੇ ਸ਼ਬਦ ਕੀ ਹੈ, ਚਰਨ ਕਮਲ ਗੁਰੂ ਦੇ ਚਰਨਾਂ ਨੂੰ ਕਮਲ ਦੇ ਫੁੱਲ ਬਣਾਉਂਦਾ, ਚਿੱਤ ਭਵਰ ਕਰ। ਭਵਰਾ ਜਦੋਂ ਵੀ ਗੁੰਜਾਰ ਪਾਉਂਦਾ ਨਾ ਜੀ, ਇਹ ਉਦੋਂ ਪਾਉਂਦਾ ਜਦੋਂ ਫੁੱਲ ਦੇ ਉੱਤੇ ਉੱਡਦਾ, ਜਦੋਂ ਮਕਰੰਦ ਚੂਸਣ ਲੱਗ ਪਏ ਉਦੋਂ ਚੁੱਪ ਕਰ ਜਾਂਦਾ, ਉਦੋਂ ਨਹੀਂ ਰੌਲਾ ਪਾਉਂਦਾ। ਭਾਈ ਸਾਹਿਬ ਕਹਿੰਦੇ ਨੇ, ਸਿੱਖ ਗੁਰੂ ਜੀ ਦੇ ਸ਼ਬਦ ਨੂੰ ਕਮਲ ਦਾ ਫੁੱਲ ਬਣਾਉਂਦਾ, ਚਿੱਤ ਨੂੰ ਭਵਰਾ ਬਣਾਉਂਦਾ। ਜਿਵੇਂ ਭਰਵਾ ਰੌਲਾ ਨਹੀਂ ਪਾਉਂਦਾ, ਸਭ ਕੁਝ ਚੂਸੀ ਜਾਂਦਾ, ਉਹ ਸੰਗਤ 'ਚ ਬੈਠਾ ਨੇਤਰ ਬੰਦ ਨੇ, ਅੰਦਰ ਸ਼ਬਦ ਚੱਲਦਾ ਪਿਆ, ਉਹ ਸ਼ਬਦ ਦੀ ਮਕਰੰਦ ਚੂਸ ਰਿਹਾ ਹੈ। ਚਰਨ ਕਮਲ ਚਿੱਤ ਭਵਰ ਕਰ, ਭਵਜਲ ਅੰਦਰ ਰਹਿ ਨਿਰੋਲਾ, ਨਿਰੋਲ ਬਚ ਕੇ ਰਹਿੰਦਾ। ਜੀਵਨ ਮੁਕਤ ਸਚਾਵਾ ਚੋਲਾ, ਉਹਦੇ ਚੋਲੇ 'ਤੇ ਕੋਈ ਦਾਗ ਨਹੀਂ। ਮੈਂ ਆਪ ਨੂੰ ਬੇਨਤੀ ਕਰਾਂ, ਇਸ ਤੋਂ ਅੱਗੇ ਥੋੜ੍ਹਾ ਜਿਹਾ ਚਲੋ, ਆਉਣ ਵਾਲੇ ਦਿਨਾਂ 'ਚ ਮੈਨੂੰ ਯਾਦ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੰਗ ਲੜ ਰਹੀ ਮੁਕਤਸਰ ਦੀ ਨਾ ਜੀ, ਅਤੇ ਇਹ 'ਚ ਕੋਈ ਸ਼ੱਕ ਨਹੀਂ, ਇਤਿਹਾਸ ਕਹਿੰਦਾ ਬਰਾੜਾਂ ਨੇ ਜਾਂ ਉਸ ਵਕਤ ਉਹਨਾਂ ਨੇ ਪੈਸੇ ਮੰਗੇ ਉੱਤੇ ਤਨਖਾਹ ਮੰਗੀ ਮਾਲਵੇ ਵਾਲਿਆਂ ਨੇ, ਪਰ ਜ਼ਫਰਨਾਮਾ ਕਹਿੰਦਾ ਮਹਾਰਾਜ ਕਹਿੰਦੇ ਨੇ ਤੂੰ ਆ ਸਹੀ ਆ ਮਾਲਵੇ ਦੇ ਇਲਾਕੇ ਜਿੱਥੋਂ ਜੀ ਬਰਾੜ ਜਿਹੜੀ ਕੌਮ ਹੈ ਮੇਰੇ ਹੁਕਮ ਦੇ ਵਿੱਚ ਹੈ। ਇਹਦਾ ਮਤਲਬ ਜੇ ਦਗਾ ਦੇ ਕੇ ਆਉਂਦੇ ਫਿਰ ਕਿਵੇਂ ਕਹਿੰਦੇ? ਹੋ ਸਕਦਾ ਕਿਸੇ ਮੰਗੇ ਹੋਣ ਪੈਸੇ, ਸਾਰੀ ਕਮਿਊਨਿਟੀ ਥੋੜ੍ਹਾ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ, ਉਹ ਤਾਂ ਸਭ ਨੂੰ ਢਾਲਾਂ ਭਰ ਭਰ ਦਿੱਤੀਆਂ। ਦਾਨ ਸਿੰਘ ਦੀ ਵਾਰੀ ਆਈ, ਬੈਠੇ ਸਨ ਦਾਨ ਸਿੰਘ ਮਲਵਈ। ਮਹਾਰਾਜ ਜੀ ਨੇ ਕਿਹਾ ਦਾਨ ਸਿੰਘ ਤੁਸੀਂ ਵੀ ਕੁਝ ਲਓ, ਅਤੇ ਆਏ ਨਹੀਂ। ਮਹਾਰਾਜ ਫਿਰ ਆਵਾਜ਼ ਦਿੱਤੀ ਕਿ ਦਾਨ ਸਿੰਘ ਜੋ ਮੰਗੋਗੇ। ਦਾਨ ਸਿੰਘ ਨੇ ਝੋਲੀ ਨਹੀਂ ਕੀਤੀ, ਮਹਾਰਾਜ ਢਾਲ ਭਰ ਲੱਗੇ। ਉਹਨੇ ਕਿਹਾ ਢਾਲ ਨਾ ਭਰੋ, ਮੇਰੇ 'ਤੇ ਬਖਸ਼ਿਸ਼ ਕਰੋ। ਕੀ ਜੀ? ਸੁਣ ਕੇ ਦਾਨ ਸਿੰਘ ਕਰ ਜੋਰੇ, ਹੱਥ ਜੋੜ ਲੈ, ਦੂਧ ਪੂਤ ਧਨ ਸਭ ਕੁਛ ਮੋਰੇ, ਮੇਰੇ ਪੁੱਤਰ ਵੀ ਨੇ, ਮੇਰੇ ਕੋਲ ਪੈਸਾ ਵੀ ਹੈ, ਮੇਰੇ ਕੋਲ ਧਨ ਦੀ ਕਮੀ ਕੋਈ ਨਹੀਂ। ਕਿਰਪਾ ਕਰੋ, ਕਿਰਪਾ ਕਰੋ, ਗੁਰਸਿੱਖੀ ਦੀ ਜੈ, ਮੈਨੂੰ ਤੁਸੀਂ ਮਿਹਰ ਕਰੋ, ਮੈਨੂੰ ਪੈਸੇ ਨਹੀਂ ਚਾਹੀਦੇ। ਮੈਨੂੰ ਇਹ ਕਹਿ ਦਿਓ ਦਾਨ ਸਿੰਘਾ, ਜਾਂ ਤੈਨੂੰ ਸਿੱਖੀ ਦੀ ਦਾਤ ਦੇ ਦਿੱਤੀ, ਤੇਰੀ ਸਿੱਖੀ ਨਿਭ ਜਾਏਗੀ।